ਕਰੋ ਮੈਚ ਸ਼ੁਰੂ ਜੀ। ਰੈਫਰੀ ਗੁਰਜੀਤ ਕਰੋ ਵੀਰੇ ਮੈਚ ਸ਼ੁਰੂ। ਲੜਕੀਆਂ ਟੀਮਾਂ ਨੂੰ ਬੇਨਤੀ, ਦੋਨੋਂ ਟੀਮਾਂ ਤਿਆਰੀ ਤਿਆਰ ਹੋ ਕੇ ਗਰਾਊਂਡ 'ਚ ਪਹੁੰਚੋ। ਲੜਕੀਆਂ ਦੀਆਂ ਟੀਮਾਂ ਜੀ ਇਧਰ ਸਟਾਪਵਾਚ ਵੀ ਜਿਹੜੀ ਲਾਈ ਗਈ ਹੈ। ਮੈਚ ਇਸ ਸਮੇਂ ਖੇਡ ਮੈਦਾਨ ਦੇ ਵਿਚਕਾਰ ਸਟੇਜ ਵਾਲੇ ਪਾਸੇ ਟੀਮ ਜਿਹੜੀ ਇਹ ਟੀਮ ਹੈ ਪਿੰਡ ਸਾਫੂ ਵਾਲੇ ਦੀ, ਸਾਫੂ ਵਾਲੇ ਦੀ ਟੀਮ ਜਿਹੜੀ ਇਧਰ ਸਟੇਜ ਵਾਲੇ ਪਾਸੇ ਹੈ, ਦੂਸਰੇ ਪਾਸੇ ਟੀਮ ਮਾਨੂ ਕੇ ਗਿੱਲਾਂ ਦੀ ਹੈ। ਲਓ ਇਸ ਸਮੇਂ ਪਹਿਲੀ ਕਬੱਡੀ ਦੇਖਦੇ ਵੀ ਪਿੰਡਾਂ ਸਾਫੂ ਵਾਲੇ ਪਿੰਡ ਦਾ ਗੱਭਰੂ ਕਬੱਡੀ ਪਾਉਂਦਾ ਹੋਇਆ ਹੈ। ਚਾਰ ਜਾਫੀ ਹੈ, ਦੇਖਦੇ ਵੀ ਇਧਰਲੇ ਪਾਸੇ ਬੋਲਿਆ ਹੋਇਆ ਧਾਵਾ। ਸਾਫੂ ਵਾਲਾ ਪਿੰਡ ਕਹਿੰਦੇ ਸੁੱਖੇ ਵਰਗਿਆਂ ਦਾ, ਧਰਵੱਤ ਵਰਗਿਆਂ ਦਾ ਪਿੰਡ ਹੈ। ਨਾ ਉਧਰ ਬੂਟਾ ਕਹਿੰਦੇ ਵੀ ਦੁਨੀਆਂ ਦੇ ਸੁਪਰ ਜਾਫੀਆਂ ਦੇ ਵਿੱਚ ਨਾਮ ਹੈ। ਬਾਰੇ ਵਾਲੀ ਟੋਨਾ ਮਾਣ ਕਰਦਾ ਹੈ ਆਪਣੇ ਇਸ ਖਿਡਾਰੀ ਤੇ। ਲਓ ਪੁਆਇੰਟ ਪਹਿਲਾਂ ਡੇਢ ਪੁਆਇੰਟ ਜਿਹੜਾ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ। ਇਧਰਲੇ ਪਾਸੇ ਵੇਖਦੇ ਵੀ ਮਾਰੂ ਕੇ ਗਿੱਲ ਪਿੰਡ ਹੈ, ਜਿਹੜੇ ਪਿੰਡ ਦਾ ਕਹਿੰਦੇ ਕੱਕੜੇ ਦਾ ਖੇਡ ਮੇਲਾ ਪ੍ਰਸਿੱਧ ਹੈ, ਹੁਣ ਕਬੱਡੀ ਦੇ ਖਿਡਾਰੀ ਪ੍ਰਸਿੱਧ ਹੈ। ਆਹ ਮੁੰਡੇ ਦਾ ਕਹਿੰਦੇ ਗੁੱਟ ਫਾੜਨਾ ਪ੍ਰਸਿੱਧ ਹੋ ਚੱਲਿਆ ਹੈ। ਲੱਖਾਂ ਦੇਖਦੇ ਵੀ ਸਾਫੂ ਵਾਲੇ ਪਿੰਡ ਦਾ ਤੇ ਦੂਸਰੇ ਪਾਸੇ ਸੱਤਾ ਮਾਰੂ ਕੇ ਗਿੱਲ ਦਾ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਇਧਰਲੇ ਬੜੇ ਜੱਸਾ ਨੌਜਵਾਨ ਚੰਦ ਪੁਰਾਣਿਆਂ ਦੀ ਧਰਤੀ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਅਪਾਰ ਕਿਰਪਾ ਹੈ। ਇਧਰਲੇ ਬੰਨੇ ਪਾਈ ਹੋਈ ਕਬੱਡੀ ਹੈ, ਨੌਜਵਾਨ ਚਾਰ ਜਾਫੀ ਹੈ। ਦੇਖਦੇ ਵੀ ਕੀਤੀ ਕੋਸ਼ਿਸ਼ ਮਾਰੂ ਕੇ ਗਿੱਲ ਪਿੰਡ ਕਹਿੰਦੇ ਗੁਰਲਾਲ ਦਾ ਪਿੰਡ ਹੈ। ਇਧਰਲੇ ਪਾਸੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਪੁਆਇੰਟ ਜਿਹੜਾ ਸਾਫੂ ਵਾਲੇ ਦਾ ਹੈ। ਚੱਲ ਵੀ ਨੌਜਵਾਨ ਦਾ ਭਾਵੀ ਕਬੱਡੀ। ਇਧਰਲੇ ਪਾਸੇ ਮਨਪ੍ਰੀਤ ਸਿੰਘ ਕਹਿੰਦੇ ਕੈਨੇਡਾ ਦੀ ਕੈਲਗਰੀ ਦੇ ਵਿੱਚ ਖੇਡਿਆ ਦਸ਼ਮੇਸ਼ ਕਬੱਡੀ ਕਲੱਬ ਕੈਲਗਰੀ ਦੀ ਟੀਮ ਲਈ, ਘੱਲਾ ਵਾਲੇ ਚੰਦ ਹੋਣਾ ਦੀ ਟੀਮ ਦਿਲੀ, ਮਾਧੋ ਕੇ ਪਿੰਡ ਦੇ ਬੱਬੀ ਹੋਣਾ ਦੀ ਟੀਮ ਦਿਲੀ। ਨੌਜਵਾਨ ਮਨਪ੍ਰੀਤ ਸਿੰਘ ਬਾੜੂ ਕੇ ਗਿੱਲ ਪਿੰਡ ਦਾ ਇਸ ਸਮੇਂ ਕਬੱਡੀ ਪਾਉਂਦਾ ਹੈ। ਚਾਰ ਜਾਫੀ। ਲਓ ਇੱਕ ਪਾਸੇ ਵੇਖਦੇ ਵੀ ਲਾਲੀ ਪੂਰੀ ਕੋਸ਼ਿਸ਼ ਕਰਦਾ ਹੋਇਆ, ਗੱਭਰੂ ਭਰਦਾ ਬਗਲ ਲਾਉਂਦਾ ਜਾਫਾ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਸਾਫੂ ਵਾਲੇ ਦੀ ਟੀਮ ਦੇ ਵੱਲੋਂ। ਲਓ ਚੁਗਾਵਾਂ ਵਾਲਾ ਤੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੁੜ ਚੁੱਕਿਆ ਹੈ। ਪੁਆਇੰਟ ਜਿਹੜਾ ਸਾਫੂ ਵਾਲੇ ਦੀ ਟੀਮ ਦਾ ਹੈ। ਚੱਲ ਵੀ ਨੌਜਵਾਨ ਦਾ ਭਾਵੀ ਕਬੱਡੀ ਪਿੰਡਾਂ ਇਸ ਸਮੇਂ ਦੇਖਦੇ ਵੀ ਨੌਜਵਾਨ ਕਬੱਡੀ ਪਾਉਂਦਾ ਹੋਇਆ। ਸਾਫੂ ਵਾਲਾ ਪਿੰਡ ਕਹਿੰਦੇ ਗੇਜੇ ਦਾ ਪਿੰਡ ਹੈ, ਕਬੱਡੀ ਦੇ ਪ੍ਰਸਿੱਧ ਖਿਡਾਰੀਆਂ ਦਾ ਪਿੰਡ ਹੈ, ਸੁੱਖੇ ਜਵੰਦੇ ਵਰਗੇ ਉੱਥੇ ਕਹਿੰਦੇ ਗੋੜੇ ਵਰਗਿਆਂ ਦਾ ਪਿੰਡ ਹੈ। ਇਸ ਸਮੇਂ ਪਾਈ ਹੋਈ ਕਬੱਡੀ ਤੇ ਸਾਹਮਣੇ ਪੁਆਇੰਟ ਜਿਹੜਾ ਇਸ ਸਮੇਂ ਡਬਲ ਟੱਚ ਹੈ ਤੇ ਪੁਆਇੰਟ ਇਸ ਸਮੇਂ ਨੌਜਵਾਨ ਧਾਵੀ ਦਾ ਹੈ। ਲਓ ਅਗਲੀ ਕਬੱਡੀ ਕਹਿੰਦੇ ਵੀ ਜੀਵਨ ਹੈ ਮਾਰੂ ਕੇ ਗਿੱਲ ਪਿੰਡ ਦਾ, ਨੌਜਵਾਨ ਦਾ ਸ਼ਾਂਤਮਾ ਸਰੀਰ ਹੈ। ਇਸ ਸਮੇਂ ਵੇਖਦੇ ਵੀ ਕਹਿੰਦੇ ਦੁਨੀਆ ਦੇ ਕਹਿੰਦੇ ਕਹਾਉਂਦੇ ਜਾਂ ਫਿਰ ਵਕਤ ਭਾ ਦਿੰਦਾ ਹੈ। ਇਸ ਸਮੇਂ ਨੌਜਵਾਨ ਕਬੱਡੀ ਪਾ ਰਿਹਾ ਹੈ ਜੀਵਨ ਮਾਰੂ ਕੇ ਗਿੱਲਾਂ ਦਾ, ਪਰ ਦੂਸਰੇ ਪਾਸੇ ਨੌਜਵਾਨ ਲੱਖਾਂ ਇਸ ਸਮੇਂ। ਲਓ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਪਹਿਲਾਂ ਲੁੱਟਣ ਵਾਲੀ ਗੱਲ ਹੈ। ਚੱਲ ਵੀ ਜਵਾਨਾ ਪਾਵੀ ਕਬੱਡੀ। ਇਧਰਲੇ ਬੜੇ ਪੈਦੀ ਹੋਈ ਕਬੱਡੀ ਹੈ, ਨੌਜਵਾਨ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਜੱਸਾ ਚੰਦ ਪੁਰਾਣੇ ਦੀ ਧਰਤੀ ਦਾ ਚਾਰ ਜਾਫੀ ਹੈ। ਲਓ ਦੇਖਣਾ ਵੀ ਕੌਣ ਗੱਭਰੂ ਜੱਫਾ ਲਾਵੇਗਾ। ਲਓ ਪੁਰਾਣੇ ਵਾਲੀ ਨਿੱਕਾ ਇਸ ਸਮੇਂ ਨੌਜਵਾਨ ਪੂਰੀ ਕੋਸ਼ਿਸ਼ ਕਰਦਾ ਹੋਇਆ ਡੱਕਣ ਦੇ ਲਈ। ਸਾਹਮਣੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਹੈ। ਲਓ ਇੱਕ ਪਾਸੇ ਅਗਲੀ ਕਬੱਡੀ, ਨੌਜਵਾਨ ਸੱਤਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ। ਚਾਰ ਜਾਫੀ ਨੇ ਸਾਫੂ ਵਾਲਾ ਪਿੰਡ ਹੈ, ਕਬੱਡੀ ਪਾਈ ਹੋਈ ਹੈ। ਦੇਖਦੇ ਵੀ ਹੈਲੋ ਬਰਾਬਰ ਜੀ, ਮਾਫੀ ਚਾਹਾਂਗੇ ਇੱਕੋ ਮਿੰਟ ਆਪਣੇ ਦਰਮਿਆਨ। ਹਰ ਸ਼ਹਿਰ ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਆ ਮੋਗੇ ਸ਼ਹਿਰ ਦੀ, ਪਰਮਦੀਪ ਸਿੰਘ ਗਿੱਲ ਸਾਹਿਬ, ਸਾਬਕਾ DGP ਪੰਜਾਬ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ 'ਚ ਬਹੁਤ ਵੱਡਾ ਨਾਂ ਹੈ। ਆਪਣੇ ਦਰਮਿਆਨ ਆਪਣੇ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਪੁੱਜੇ ਨੇ। ਉਹਨਾਂ ਦੇ ਨਾਲ ਹੋਰ ਵੀ ਸ਼ਹਿਰ ਦੀਆਂ ਸਤਿਕਾਰਯੋਗ ਸ਼ਖਸੀਅਤਾਂ, ਮਾਣਯੋਗ ਚਿਹਰੇ MC ਸਾਹਿਬ ਪਹੁੰਚੇ ਨੇ, ਜਿੰਨੇ ਵੀ ਸਤਿਕਾਰਯੋਗ ਵੀਰ ਪਹੁੰਚੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਦੁਨੀਆ ਦੇ ਵਿੱਚੋਂ ਸਾਰੇ ਵੀਰਾਂ ਨੂੰ ਉੱਥੇ ਪਹੁੰਚਣ 'ਤੇ ਅਕਾਲਸਰ ਯੂਥ ਕਲੱਬ ਵੱਲੋਂ ਜੀ ਆਇਆਂ ਆਖਿਆ ਜਾਂਦਾ ਹੈ, ਕੋਟ ਧੰਨਵਾਦ ਕੀਤਾ ਜਾਂਦਾ ਹੈ ਜਿੰਨੇ ਵੀ ਕਦਮ ਚੱਲ ਕੇ ਆਏ ਹੈ ਔਰ ਜਿੰਨੇ ਵੀ ਕਲੱਬ ਦੇ ਨੁਮਾਇੰਦੇ ਸਾਰਿਆਂ ਵੱਲੋਂ ਜੀ ਆਇਆਂ। ਔਰ ਗੁਰਨੈਲ ਸਿੰਘ ਜੀ ਸੰਧੂ ਸਾਹਿਬ, ਰਾਮ ਸਿੰਘ ਜੀ ਗੱਲ ਵੱਲੋਂ, ਪ੍ਰਭਜੀਤ ਕਲੇਰ ਜੀ ਔਰ ਪੂਰ ਸਿੰਘ ਜੀ ਨੰਬਰਦਾਰ ਔਰ ਭਗਤ ਰਾਮ ਐਂਡ ਕੰਪਨੀ ਵੱਲੋਂ, ਅਵਤਾਰ ਸਿੰਘ ਜੀ ਕਲੇਰ ਵੱਲੋਂ, ਜਸਵਿੰਦਰ ਬਰਾੜ ਜੀ, ਬਲਜੀਤ ਨੰਬਰਦਾਰ ਜੀ ਔਰ ਸਤਨਾਮ ਸੱਤਾ ਗਿੱਲ ਸਾਡਾ ਵੀਰ, ਸਾਰਿਆਂ ਵੱਲੋਂ ਗੁਰਸ਼ਰਨ ਕਲੇਰ ਜੀ ਔਰ ਸਾਰਿਆਂ ਵੱਲੋਂ ਅਸੀਂ ਜੀ ਆਖਦੇ ਹਾਂ। ਸਰਦਾਰ ਸਾਧੂ ਸਿੰਘ ਜੀ ਗੱਲ ਹੋਣਾਂ ਵੱਲੋਂ ਜੀ ਆਖਿਆ ਜਾਂਦਾ ਹੈ। ਧੰਨਵਾਦ ਕੀਤਾ ਜਾਂਦਾ ਬਲਵੰਤ ਸਿੰਘ ਜੀ ਗੱਲ, ਮਿਹਰਬਾਨੀ ਜੀ ਹਾਂ ਜੀ, ਮੁਖਤਾਰ ਸਿੰਘ ਜੀ ਗੱਲ। ਲਓ ਇਧਰਲੇ ਬੰਨੇ ਮੈਚ ਵੀ ਬੜਾ ਤਕੜਾ ਖੇਡਿਆ ਜਾ ਰਿਹਾ ਹੈ। ਪਰਮਦੀਪ ਸਿੰਘ ਜੀ ਗਿੱਲ ਸਾਹਿਬ ਦਾ DGP
ਪੰਜਾਬ ਸਾਡੇ ਇਸ ਖੇਡ ਮੇਲੇ ਦੇ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਹੈ। ਹੈਲੋ ਦੱਸਾਂ ਤੇ ਬੂਟਾ। ਹੈਲੋ, ਅੱਜ ਬਹੁਤ ਵਡਭਾਗਾ ਦਿਨ ਹੈ। ਸਾਡੇ ਮੁੱਖ ਮਹਿਮਾਨ ਸਰਦਾਰ ਪਰਮਜੀਤ ਸਿੰਘ ਜੀ ਗਿੱਲ, ਡੀ ਜੀ ਪੀ ਪੰਜਾਬ, ਜਿਨ੍ਹਾਂ ਦੀ ਸ਼ੋਹਰਤ, ਜਿਨ੍ਹਾਂ ਦੀ ਸ਼ਰਾਫਤ ਮੋਗਾ ਹੀ ਵਿੱਚ ਨਹੀਂ, ਪੰਜਾਬ ਦੇ ਵਿੱਚ ਹੀ ਨਹੀਂ, ਬਲਕਿ ਹਿੰਦੁਸਤਾਨ ਤੋਂ ਬਾਹਰ ਬਾਹਰਲੇ ਮੁਲਕਾਂ ਵਿੱਚ ਵੀ ਹੈ। ਇਹਨਾਂ ਨੂੰ ਬੜੇ ਪਿਆਰ ਨਾਲ ਯਾਦ ਕੀਤਾ ਜਾਂਦਾ ਹੈ। ਉਹ ਅੱਜ ਸਾਡੇ ਦਰਮਿਆਨ ਇੱਥੇ ਆਏ ਹਨ, ਅਸੀਂ ਉਹਨਾਂ ਦਾ ਇੱਥੇ ਆਉਣ 'ਤੇ ਹਾਰਦਿਕ ਧੰਨਵਾਦ ਕਰਦੇ ਹਾਂ ਔਰ ਜੀ ਆਇਆਂ ਆਖਦੇ ਹਾਂ। ਧੰਨਵਾਦ ਜੀ ਸਾਡੇ ਸਰਦਾਰ ਰਾਮ ਸਿੰਘ ਜੀ ਦੇ, ਜਿਹਨੇ ਸਤਿਕਾਰਯੋਗ ਡੀ ਜੀ ਪੀ ਸਿੰਘ ਜੀ ਨੂੰ ਆਇਆਂ ਨੂੰ ਧੰਨਵਾਦ ਕੀਤਾ। ਅਸੀਂ ਦੁਬਾਰਾ ਫਿਰ ਆਪਣੇ ਕਲੱਬ ਵੱਲੋਂ ਸਰਦਾਰ ਪਰਮਦੀਪ ਸਿੰਘ ਗਿੱਲ ਜੀ ਨੂੰ ਕੋਟਣ ਕੋਟ ਧੰਨਵਾਦ ਕਰਦੇ ਹਾਂ ਮਹਾਨ ਹਸਤੀ ਦੇ ਇੱਥੇ ਪਹੁੰਚਣ 'ਤੇ, ਜਿਨ੍ਹਾਂ ਨੇ ਚਾਰ ਤਿੰਨ ਟੂਰਨਾਮੈਂਟ ਨੂੰ ਲਾ ਕੇ ਆਪਦਾ ਕੀਮਤੀ ਸਮਾਂ ਟਾਈਮ ਕੱਢ ਕੇ ਇੱਥੇ ਟੂਰਨਾਮੈਂਟ ਦੀ ਰੌਣਕ ਵਧਾਈ ਹੈ, ਸਾਡੀ ਮਨ ਨੂੰ ਹੌਸਲਾ ਵਧਾਈ ਦਿੱਤੀ ਹੈ। ਅਸੀਂ ਸਾਰੇ ਕਲੱਬ ਵੱਲੋਂ ਇਹਨਾਂ ਦੇ ਕੋਟਣ ਕੋਟ ਧੰਨਵਾਦੀਆਂ ਰਹਿਣੀਆਂ, ਜਿੰਨੀਆਂ ਕਦਮਾਂ ਚੱਕ ਕੇ ਸਿਰ ਮੱਥੇ ਕੋਟਣ ਕੋਟ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਜੀਵਨ ਦੀ ਕਬੱਡੀ ਦੇ ਖੁਸ਼ ਹੋ ਕੇ ਔਰ ਅਜੇ ਕੁਮਾਰ ਜੀ ਭਗਤਰਾਮ ਐਂਡ ਕੰਪਨੀ ਵਾਲੇ 100 ਰੁਪਇਆ ਪਹੁੰਚਦਾ ਕਰ ਗਏ ਹੈ ਜੀਵਨ ਦੀ ਕਬੱਡੀ ਤੇ ਖੁਸ਼ ਹੋ ਕੇ ਜੀਵਨ ਲਈ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ। ਉਹਨਾਂ ਦੇ ਨਾਲ ਪ੍ਰਵੀਨ ਸ਼੍ਰੀ ਪ੍ਰਵੀਨ ਕੁਮਾਰ ਜੀ ਅਤੇ ਸਰਦਾਰ ਸਰਵਨ ਸਿੰਘ ਜੀ ਸਿਵੀਆ, ਜਿੰਨੀ ਟੀਮ ਉਹਨਾਂ ਦੇ ਨਾਲ ਪਹੁੰਚੀ ਹੈ ਸਾਰਿਆਂ ਨੂੰ ਵੈਲਕਮ, ਮੋਸਟ ਵੈਲਕਮ, ਧੰਨਵਾਦ। ਲਓ ਇੱਧਰਲੇ ਬੰਦੇ ਵੇਖਦੇ ਵੀ ਮੈਚ ਵੀ ਬੜਾ ਤਕੜਾ ਖੇਡਿਆ ਜਾ ਰਿਹਾ ਹੈ। ਬਾਈ ਯਾਰ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਜਿਹੜੇ ਵੀਰਾਂ ਦੀ ਡਿਊਟੀ ਹੈ ਨਾ ਇੱਧਰ ਐਂਟਰੀ ਗੇਟ ਤੇ, ਯਾਰ ਟੀਮਾਂ ਤੁਸੀਂ ਰੋਕਦੇ ਕਾਹਤੋਂ ਨਹੀਂ ਗਏ? ਬੇਨਤੀ ਹੈ ਯਾਰ, ਜਿਹੜੇ ਵੀਰਾਂ ਦੀ ਡਿਊਟੀ ਪ੍ਰਬੰਧਕਾਂ ਦੀ ਲਾਈ ਹੋਈ ਨਾ ਇੱਥੇ ਮੂਹਰਲੇ ਪਾਸੇ ਆਪਾਂ ਗਰਾਊਂਡ ਦੇ ਨੇੜੇ, ਬਾਈ ਯਾਰ ਟੀਮਾਂ ਨੂੰ ਰੋਕੋ। ਹੁਣ ਦੇਖ ਲਓ ਇੱਕ ਤਾਂ ਗਰਾਊਂਡ ਆਪਣਾ ਨਿੱਕਾ ਹੈ, ਇੱਕ ਦਰਸ਼ਕ ਵੀਰ ਜਿਹੜੇ ਪਹੁੰਚੇ ਉਹ ਮੈਚ ਦੇਖਣ ਦੇ ਲਈ ਪਹੁੰਚੇ ਹੋਏ ਆ। ਮੇਰੀ ਬੇਨਤੀ ਹੈ ਖਿਡਾਰੀਆਂ ਨੂੰ ਵੀ, ਮੇਰੇ ਵੀਰ ਥੱਲੇ ਬੈਠ ਜਾਓ, ਇਹ ਹੱਥ ਬੰਨ ਕੇ ਬੇਨਤੀ ਸਾਰੇ ਵੀਰਾਂ ਨੂੰ। ਇਧਰਲੇ ਪਾਸੇ ਵੇਖਦੇ ਵੀ ਪਿੰਡਾਂ ਸਾਥੂ ਵਾਲੇ ਪਿੰਡ ਦਾ ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ। ਇਸ ਸਮੇਂ ਸਾਥੂ ਵਾਲੇ ਪਿੰਡ ਦੇ ਪਿੰਡੇ ਦੀ ਕਬੱਡੀ ਹੈ। ਬੂਟਾ ਦੇਖਦੇ ਵੀ ਨੌਜਵਾਨ ਕਹਿੰਦੇ ਦੁਨੀਆਂ ਦੇ ਕੈਮ ਜਾਫੀਆਂ ਦੇ ਵਿੱਚ ਨਾਮ ਹੈ, ਇੱਕ ਪਾਸੇ ਮਾਰੂ ਕੇ ਗਿੱਲ ਪਿੰਡ ਦਾ, ਵਾਹ ਲੱਗਦਾ ਜੱਫਾ ਖੇਡ ਮੈਦਾਨ ਦੇ ਅੰਦਰ। ਇੱਕ ਮੇਰੀ ਨਰਿੰਦਰ ਸਿੰਘ ਜੀ ਸਾਬਕਾ MC, ਉਹ ਵੀ ਆਪਣਾ ਸਰਪੰਚ ਲੈਣ ਜੀ ਆ ਕੇ, ਉਹਨਾਂ ਨੇ ਸਾਨੂੰ ਬਹੁਤ ਵੱਡਾ ਯੋਗਦਾਨ ਦਿੱਤਾ ਜੀ, ਉਹ ਵੀ ਸਰਪੰਚ ਨਰਿੰਦਰ ਸਿੰਘ ਜੀ ਸਾਬਕਾ MC। ਤੇ ਬੇਨਤੀ ਆ ਜਿਹੜੇ ਆ ਬੱਚੇ ਅੰਦਰ ਬੈਠੇ ਜਾਲਦੇ ਵੀ ਬਾਹਰ ਆ ਜਾਣਾ, ਤੇ ਖਿਡਾਰੀ ਵੀ ਜਿਹੜੇ ਮਗਰ ਹੋ ਜਾਣ ਬਿਲਕੁਲ ਜਾਲਦੇ ਪਿੱਛੇ ਹੋ ਜਾਓ ਯਾਰ, ਜਿੰਨੇ ਵੀ ਖਿਡਾਰੀ ਬੈਠੇ ਆ। ਸਕਿਉਰਟੀ ਵਾਲਿਆਂ ਨੂੰ ਬੇਨਤੀ ਜਿਹੜੇ ਆ ਬਿਨਾਂ ਕੰਮ ਤੋਂ ਵਿੱਚ ਸਾਡੇ ਦਰਸ਼ਕੀ ਪਹੁੰਚੇ ਜਾਲ ਤੋਂ ਅੰਦਰ ਬੈਠੇ ਆ, ਔਰ ਨਾਲ ਹੀ ਖਿਡਾਰੀ ਵੀ ਪਿੱਛੇ ਜਾਲਦੇ ਆ, ਹੋ ਜਾਓ ਜਮਾਂ ਪਿਛਲੇ ਪਾਸੇ ਬੈਠੋ ਵੀਰ ਜਮਾਂ। ਇਸੇ ਨਾਲ ਹੀ ਮੈਚ ਜਿਹੜਾ ਸਮਾਪਤ ਹੈ। ਸਾਥੂ ਵਾਲੇ ਨੇ ਪੁਆਇੰਟ ਨੇ 8 ਤੇ ਮਾਣੂ ਕੇ ਗਿੱਲਾਂ ਦੇ 10.5 ਪੁਆਇੰਟ ਹੈ। ਹੁਣ ਆਓ ਜੀ ਲੰਡੇ ਤੇ ਇੰਦਗਾੜ। ਹਾਂਜੀ, ਔਰ ਨਾਲ ਹੀ ਸਾਡੇ ਦਰਮਿਆਨ ਇੰਦਰਜੀਤ ਸਿੰਘ ਜੀ MC ਮੋਗਾ ਵਿਸ਼ੇਸ਼ ਤੌਰ ਤੇ ਪਹੁੰਚੇ ਨੇ, ਵੱਡਾ ਯੋਗਦਾਨ ਦਿੱਤਾ ਕਬੱਡੀ ਕੱਪ ਦੇ ਲਈ, ਬਹੁਤ ਮਿਹਰਬਾਨੀ ਜੀ ਹਾਂ ਜੀ, ਧੰਨਵਾਦ ਇੱਥੇ ਪਹੁੰਚਣ ਤੇ, ਉਹ ਵੀ ਸਨਮਾਨ ਚ ਲੈਣਗੇ ਜੀਵਨ। ਆਓ ਜੀ ਆਪਣਾ ਲੰਡੇ ਤੇ ਇੰਦਗਾੜ ਜਿਹੜਾ ਬਾਕੀ ਦਾ ਰਹਿੰਦਾ ਮੈਚ ਹੈ। ਵਰਿੰਦਰ ਲੰਡੇ, ਜੀਵਨ 100 ਰੁਪਇਆ ਲਵੇ ਜੀ, ਆ ਨਾਲ ਸਾਡਾ ਵੀਰ ਜੱਸਾ ਲੰਡਾ ਤੋਂ ਆਏ, ਇਹ ਵੀ ਗੱਲਾਂ ਸੂਈਆਂ ਕੱਢ ਕੇ ਕਰਤੱਬ ਕਰੇਗਾ, ਲਾ ਦੇ ਵੀ ਤੂੰ ਵੀ ਆਪਣਾ ਐਟਮ ਕਰ ਦੇ ਜੱਸਾ। ਫੌਜੀ ਜਗਿੰਦਰ ਸਿੰਘ, ਉਹ ਵੀ ਆਪਣਾ ਸਮਾਨ ਚ ਲੈ। ਵਰਿੰਦਰ ਲੰਡੇ ਜਲਦੀ ਆਵੇ ਯਾਰ, ਵਰਿੰਦਰ ਲੰਡੇ ਮੈਚ ਸਟਾਰਟ ਹੋਣ ਜਾ ਰਿਹਾ। ਵਰਿੰਦਰ ਲੰਡੇ ਜਗਿੰਦਰ ਸਿੰਘ ਜੀ, ਉਹ ਵੀ ਆਪਣਾ ਸਮਾਨ ਚ ਲੈਣਗੇ, ਬਹੁਤ ਧੰਨਵਾਦ ਜੀ। ਨਾਲ ਹੀ ਬੂਟਾ ਜਾਂ ਨਿਰਮਲ ਕੋਈ ਵੀ ਮੇਰਾ ਵੀਰ, ਉਹ ਵੀ ਅਗਲੇ ਮੈਚਾਂ ਦੇ ਲਈ ਗਰਾਊਂਡ ਦੇ ਵਿੱਚ ਆ ਜਾਣ। ਹੈਲੋ, ਆ ਲੈ ਜਾ
ਔਰ ਵਿਸ਼ੇਸ਼ ਸਨਮਾਨ ਦੇ ਰਹੇ ਅਸੀਂ ਸ਼ਿੰਦਰ ਸਿੰਘ ਜੀ ਐਨ ਆਰ ਆਈ ਸਾਡੇ ਵੀਰ ਕੈਨੇਡਾ ਵਾਲੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਜੀ ਸ਼ਿੰਦਰ ਸਿੰਘ ਜੀ ਐਨ ਆਰ ਆਈ ਕੈਨੇਡਾ ਵਾਲੇ ਇਹਨਾਂ ਨੇ ਵੱਡਾ ਯੋਗ ਦਿੱਤਾ ਇਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਜੀ ਬਹੁਤ ਧੰਨਵਾਦ ਜੀ ਯਾਰ ਹੁਣ ਪਹਿਲਾ ਮੈਚ ਕਿੰਨੇ ਟਾਈਮ ਦੇ ਤੁਸੀਂ ਪਲੇਅਰ ਆਏ ਖੜੇ ਹੁਣ ਇੱਕ ਪਲੇਅਰ ਯਾਰ ਵਰਿੰਦਰ ਲੰਡੇ ਜਲਦੀ ਗਰਾਊਂਡ ਵਿੱਚ ਆਵੇ ਵਰਿੰਦਰ ਲੰਡੇ ਬਾਈ ਜੀ ਕਿਉਂਕਿ ਮੈਚ ਬਹੁਤ ਪਏ ਟਾਈਮ ਬਹੁਤ ਘੱਟ ਹੈ ਬੇਨਤੀ ਹੈ ਜਲਦੀ ਦੇ ਨਾਲ ਮੈਚ ਸਟਾਰਟ ਕਰਵਾਇਆ ਜਾਵੇ ਜੀ ਵਰਿੰਦਰ ਲੰਡਿਆਂ ਵਾਲਾ ਜਲਦੀ ਦੇ ਨਾਲ ਗਰਾਊਂਡ ਵਿੱਚ ਪੁੱਜ ਜਾਵੇ ਵਰਿੰਦਰ ਲੰਡੇ ਇੱਕ ਮਿੰਟ ਦਾ ਸਮਾਂ ਜੀ ਸਾਡੇ ਇੱਧਰ ਪੁਆਇੰਟਾਂ ਵਾਲੇ ਵੀਰ ਕਹਿੰਦੇ ਇੱਕ ਮਿੰਟ ਦੇ ਦਿਓ ਜੇਕਰ ਇਹਨਾਂ ਦੇ ਰੇਡਰ ਆਉਂਦੇ ਤਾਂ ਠੀਕ ਹੈ ਨਹੀਂ ਫਿਰ ਜਾਫੀਆਂ ਤੋਂ ਕਬੱਡੀ ਪਵਾ ਦਿਓ ਨਾਲ ਹੀ ਅਗਲਾ ਮੈਚ ਨੱਥੋ ਕੇ ਤੇ ਖੋਸਾ ਰਣਧੀਰ ਦਾ ਹੈ ਅਕਾਲਸਰ ਕਲੱਬ ਮੋਗਾ ਤੇ ਰਾਣਾ ਕਲੱਬ ਬਹੁਦਰ ਇਹ ਵੀ ਟੀਮਾਂ ਜਿਹੜੀਆਂ ਇਸ ਤੋਂ ਅਗਲੇ ਮੈਚ ਦੇ ਲਈ ਤਿਆਰ ਰਹਿਣਗੀਆਂ ਵਰਿੰਦਰ ਲੰਡੇ ਅੱਧੇ ਮਿੰਟ ਦੀ ਕਾਲ ਹੈ ਜੀ ਠੀਕ ਹੈ ਜੇਕਰ ਆ ਕੇ ਤਾਂ ਨਹੀਂ ਪਵਾਓ ਜੀ ਕਬੱਡੀ ਰੈਫਰੀ ਸਾਹਿਬਾਨ ਅੱਧਾ ਮਿੰਟ ਦੇਖ ਲਓ ਜੀ ਪੂਰਾ ਟਾਈਮ ਜੋਰਾ ਗਿੱਲ ਜੀ ਉਹ ਵੀ ਆਪਣਾ ਸਨਮਾਨ ਚ ਲੈਣ ਜੀ ਆ ਕੇ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਆਪਾਂ ਨੂੰ ਜੋਰਾ ਗਿੱਲ ਜੀ ਔਰ ਵੱਡਾ ਸਹਿਯੋਗ ਦਿੱਤਾ ਜੀ ਬਹੁਤ ਮਿਹਰਬਾਨੀ ਜੀ ਜੋਰਾ ਗਿੱਲ ਸੰਧੂ ਵਾਲਾ ਬਹੁਤ ਵੱਡਾ ਯੋਗਦਾਨ ਇਹਨਾਂ ਦਾ ਦਰਸ਼ਨ ਸਿੰਘ ਜੀ ਇਹਨਾਂ ਨੇ ਵੱਡਾ ਮਾਨਤਾ ਜੀ ਜੋਰਾ ਗਿੱਲ ਜੀ ਸੰਧੂ ਵਾਲਾ ਆਜੋ ਭਗਵਾਨ ਜਲਦੀ ਯਾਰ ਮੇਰੇ ਵੀਰ ਚੱਲ ਵੀ ਚੱਲ ਵੀ ਭਰਵਾਂ ਦਾ ਭਾਵੀ ਕਬੱਡੀ ਇਸ ਸਮੇਂ ਮੈਚ ਜਿਹੜਾ ਬੜਾ ਤਕੜਾ ਹੈ ਕਿਉਂਕਿ ਪਹਿਲਾਂ ਥੋੜੇ ਭਰਮਾ ਭੁਲੇਖਿਆਂ ਦੇ ਵਿੱਚ ਮੈਚ ਜਿਹੜਾ ਪਹਿਲਾਂ ਹੀ ਸਮਾਪਤ ਕਰ ਦਿੱਤਾ ਗਿਆ ਸੀ ਕਰਾਓ ਜੀ ਮੈਚ ਸਟਾਰਟ ਬਾਈ ਜੀ ਪਵਾਓ ਕਬੱਡੀ ਕਿਹੜਾ ਜਲਦੀ ਦੇ ਨਾਲ ਨਰਿੰਦਰ ਪਾਲ ਜੀ ਕੌਮੀ ਜਨਰਲ ਸਕੱਤਰ ਤੁਹਾਡਾ ਵਿਸ਼ੇਸ਼ ਸਨਮਾਨ ਕਰਦੇ ਜੀ ਬਹੁਤ ਵੱਡਾ ਯੋਗਦਾਨ ਹੈ ਚੱਲ ਵੀ ਪਾ ਵੀ ਜਵਾਨਾ ਕਬੱਡੀ ਇਹਦਰਲੇ ਬਣੇ ਵੇਖਦੇ ਵੀ ਮੱਧਰ ਦਾ ਪਿੰਡ ਹੈ ਕਹਿੰਦੇ ਪੂਰਨ ਦਾ ਪਿੰਡ ਹੈ ਲੰਡਿਆਂ ਵੱਲੋਂ ਗੱਭਰੂ ਕਬੱਡੀ ਪਾ ਰਿਹਾ ਲੰਡਿਆਂ ਦੀ ਟੀਮ ਦੇ ਵੱਲੋਂ ਵੇਖਦੇ ਵੀ ਸਮੇਤ ਗੜੀਆਂ ਦੇ ਵਿਹੜੇ ਦੇ ਵਿੱਚ ਬੋਲਿਆ ਹੋਇਆ ਧਾਵਾ ਹੈ ਦੇਖਣਾ ਵੀ ਚਾਰ ਜਾਪੀਆਂ ਦੇ ਵਿੱਚੋਂ ਕੌਣ ਗੱਭਰੂ ਜੱਫਾ ਲਾਵੇਗਾ ਇਹਦਰਲੇ ਬਣੇ ਪਾਈ ਹੋਈ ਕਬੱਡੀ ਅਮਰੂ ਇੱਕ ਨੀ ਤੇ ਦੇਖ ਰਹੇ ਵੀ ਦੂਸਰੀ ਗੜੀ ਤੇ ਬਗੀਚਾ ਹਿੰਦਗੜੀ ਹੈ ਇਧਰਲੇ ਪਾਸੇ ਸਾਹਮਣੇ ਰੇਡਰ ਦੇ ਹਿੱਸੇ ਹੈ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ
करो मैच शुरू की रौला पै गया हुण। ठीक है जी मैच शुरू करो जी। कुड़ियां दीआं टीमां दीआं लड़कियां टीमां ग्राउंड च पहुंच जाण। अगला मैच लड़कियां दा करावांगे असीं। हेलो लड़कियां टीमां नाल 40 साले गभरू तैयारी खिच लो जी। ठीक है जी चल वी इधर बड़े नेदू वेखदे वी इंदगड़ी आ गभरू कबड्डी पाउण दे लई समें तैयार प्रत्यार है। खेड मैदान दे विचकार मैच बड़ा तगड़ा खेडिया जा रहा है। इस समय वेखदे वी नौजवान अगली कबड्डी नेदू इंदगढ़ पिंड का वाढ के कबड्डी पा रहे कहते भी छेपे का पिंड है इंदगढ़ फकरा भी धरती है। इस समय पाई हुई कबड्डी नौजवान गभरू की पीतो मीनिया पिंड का वाह मंडी निहाल सिंह वाला के लागे पिंड है गभरू का पॉइंट देखांगे। बल्ले 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 हो गई मित्रों और पॉइंट इंदगढ़ की टीम के हिस्से के जुड़ता हुआ है। चल भी वरिंदर पावी का उम्र कबड्डी उधर बहादुर वाला भी कहते दुनिया का सुपर जाफी वरिंदर पुजा हुआ खेड मैदान इधर ने बड़े पाइंदी हुई कबड्डी है। देखते भी वरिंदर लंडे पिंड का गभरू कबड्डी पा रहा है और चार जाफी है। देखते कौन जफा लावेगा इस समय पाइंदी हुई कबड्डी है चार जाफिया इधरले पासे एक पासे वेखते भी अमरू जनेतपुरे की धरती का लो सोण सोना सपुत्र बगीचा इंदगड़िया कोशिश करता है खेड मैदान के अंदर वह पले पले हो गई मित्रों बारो ताड़िया देख रहे भी इस समय लगता जफा ते पॉइंट जेड़ा मैच समाप्त है। मैच समाप्त लंडिया के पॉइंट ने 8 और इंदगड़िया के 10.5 इंदगढ़ की टीम जेतू रही है जी इस मैच के विचों। हाँ जी हैलो अजय कुमार जी वालों बगीचे लिए 100 रुपया पहुंचा जी बहुत बहुत धन्यवाद जी। नाल जोरा सिंह जी संधु वाले तो बड़ा मान जी सांझे तौर पर दे रहे हैं बहुत बहुत धन्यवाद जी अजय कुमार जी। ये भी साउंड बाद करवाया जाएगा जी इस कबड्डी ओपन के मैच अपने इस राउंड तो बाद हम मैच जरा करवाओ जी स्टार्ट नथो कहते खोसा रणधीर अकाल सर क्लब मोगा के राणा क्लब दो मैचों तो बाद लड़कियों का जरा मैच करवाया जाएगा। बूटा या निर्मल मेरा कोई भी वीर ग्राउंड में आवे जी मेरी बेनती लखा कबड्डी खिडारी जनता के नाल ही गुरविंदर समाध वाला भी ग्राउंड पहुंचा साडे स्टेज ते आया सम्मान देना सी गुरविंदर समाध पिंड लंडा लंडा वाला लखा ते जनता वो भी ग्रा इतने स्टेज के सामने आओ जी पिछे। हाँ जी हाँ जी हाँ जी एक खिलाड़ी आ जाते को जी लंडिया वाला लखा ते जनता और नाल ही 100 रुपया उधर लो जी गुरविंदर समाध वाला भी पहुंच जाओ जी। चाली साल वाले गभरू तैयार हो जाओ जी 40 साले विशेष सम्मान ते जाणगे कबड्डी खिडारी जिहड़े वधिया साढ़े दिलां जस्से कार भी आइटम इधरों लंडिया वाला जस्सा ताड़ियां मारदे गल्लां दे सूईयां लंघा के विखाउणियां इस मुंडे ने भी कंधा वज जदों बाद चीकां निकल जांदियां स्टेज के सामने जिहड़ियां गल्लां भी सूईयां लंघा के करतब कर रहा है इहदा भी जरूर मान सम्मान करना है दोनों गल्लां सूईयां लंघा के लो जी। ठीक है जी इधर सामने स्टेज के गल्लां भी सूईयां लंघा के करतब करदा मुंडा जस्सा लंडिया वाला जी हुण इस बाइक के उपर मेरा वीर 10:30-11 जी बूटा खान आलम वाला सो धन्यवाद करते जिन्हें भी कबड्डी खिडारी साडा भी चैन चैना माणू के गल्लां वाला यही पुजा जी सो अज खेडिया तो नहीं पर फिर भी अपने मेले च हाजरी लाई सारे खिलाड़ियों वीरां दा बहुत धन्यवाद मनप्रीत डाले वाला होर भी सरकार जो वीर पुजे ने लो जी ताड़ियां मार दस मुंडे ने गल्लां होई दी सूईयां लंघा के खाईयां जस्सा लंडिया वाला इधर कहते भी मुकाबला जोड़ा बहुत ही तगड़ा खेडा जा रहा कबड्डी के मैदान के स्टेज वाले पासे टीम जी नाथो के पिंड की है
ਔਰ ਉਧਰਲੇ ਪਾਸੇ ਟੀਮ ਮੇਰੇ ਵੀਰੋ ਜਿਹੜੀ ਖੋਸਾਰੜ ਤੀਰ ਪਿੰਡ ਦੀ ਪਹਿਲੀ ਕਬੱਡੀ ਕਪੂਰੇ ਪਿੰਡ ਆ ਮੇਰੇ ਵੀਰੋ ਗੇਜੀ ਕਪੂਰੇ ਦਾ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਤਕੜਾ ਖੇਡਿਆ ਉਧਰਲੇ ਪਾਸੇ ਮੈਥੋਂ ਕਿ ਪਿੰਡ ਰਿੱਕੀ ਮਾਸਟਰ ਦਾ ਪਿੰਡ ਹੈ ਚਾੜਾ ਮੇਰੇ ਵੀਰੋ ਕੈਨੇਡਾ ਦੇ ਵਿੱਚ ਜਾ ਵਸਿਆ ਪਰ ਅੰਕ ਜਿਹੜਾ ਗੇਜੀ ਕਪੂਰੇ ਪਿੰਡ ਦਾ ਪੱਤੋ ਪਿੰਡ ਦੇ ਸਾਧੂ ਸਿੰਘ ਬਰਾੜ ਤੋਂ ਕਬੱਡੀ ਦੀਆਂ ਮੱਤਾਂ ਸਿੱਖੀਆਂ ਜਗਮੀਤ ਸਿੰਘ ਨਾਮ ਹੈ ਦੁਨੀਆ ਭੀਮ ਆਖਦੀ ਵੇਖੋ ਸਾਹਮਣੇ ਰੂਪ ਸਿੰਘ ਦਾ ਪੁੱਤਰ ਮਾਡੂ ਕੇ ਗਿੱਲ ਪਿੰਡ ਦਾ ਭੀਮ ਨਾਜਨ ਗਬਰੂ ਵਧੀਆ ਕਬੱਡੀ ਪਾਉਣ ਦੇ ਲਈ ਚਾਰ ਜਾਫੀ ਖੋਸਾਰਣ ਧੀਰ ਪਿੰਡ ਦੇ ਵੇਖੋ ਸਾਹਮਣੇ ਪੂਰੀ ਕੋਸ਼ਿਸ਼ ਕੀਤੀ ਜਾਫੀ ਗਬਰੂ ਨੇ ਪਰ ਉਧਰ ਅੰਕ ਜਿਹੜਾ ਰੇਸ਼ਮ ਫੂਲੇ ਵਾਲ ਪਿੰਡ ਦਾ ਮਾਰਦਾ ਫਿਰ ਸੁਲਤਾਨ ਦੇ ਵਿੱਚ ਵਿਸਲ ਨਾਜਨ ਜਾਫੀ ਗਬਰੂ ਦੇ ਹਿੱਸੇ ਜੁੜਦਾ ਚਾਲੀ ਸਾਲੇ ਗੱਭਰੂ ਗੱਭਰੂ ਤਿਆਰ ਹੋ ਜਾਣ ਛੋ ਮੈਚ ਖੇਡਣ ਦੇ ਲਈ ਮੋਗਾ ਤੇ ਬਠਿੰਡੇ ਦਾ ਮੈਚ ਹੋਵੇਗਾ ਮੋਗਾ ਤੇ ਬਠਿੰਡਾ ਚਾਲੀ ਸਾਲਾ ਗੱਭਰੂਆਂ ਦਾ ਜਿਹੜਾ ਛੋ ਮੈਚ ਆ ਇਧਰ ਵੇਖੋ ਸਾਹਮਣੇ ਨਾ ਥੋਕੇ ਪਿੰਡ ਦਾ ਨਾਜੁਨ ਗੱਭਰੂ ਛਾਡੀ ਹੋਈ ਕੈਂਚੀ ਮੋਟੇ ਪਾਟਾ ਤੋਂ ਬਾਜੀ ਖਿੱਚ ਵੇਖੋ ਸਾਹਮਣੇ ਅੰਕ ਜਿਹੜਾ ਨਾਜਵਨ ਜਾਫੀ ਗੱਭਰੂ ਨਾ ਥੋਕੇ ਪਿੰਡ ਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਬਹੁਤ ਤਗੜੇ ਮੈਚ ਖੇਡੇ ਜਾ ਰਹੇ ਨੇ ਸੁਬਾ ਤੋਂ ਲੈ ਕੇ ਬਾਡੀਆਂ ਰੌਣਕਾਂ ਨੇ ਗੁਰਲਾਲ ਹੁਣਾਂ ਦੀ ਵੱਡੀ ਦੇਣ ਹੈ ਕਬੱਡੀ ਦੇ ਲਈ ਬਾਣੂ ਕੇ ਗਿੱਲ ਪਿੰਡ ਦਾ ਇਕਬਾਲ ਸਿੰਘ ਵਾਧਿਆ ਕਬੱਡੀ ਪਾਉਣ ਦੇ ਲਈ ਖੇਡ ਕਬੱਡੀ ਮੈਦਾਨ ਦੇ ਵਿੱਚ ਬੁਰਜੀਆਂ ਵਰਗੇ ਚਾਰ ਜਾਫੀ ਖੋਸਾਰਣ ਧੀਰ ਪਿੰਡ ਦੇ ਲਓ ਵੇਖੋ ਸਾਹਮਣੇ ਲਾਂਡੇ ਕੇ ਪਿੰਡ ਦਾ ਨਿੱਕਾ ਮੇਰੇ ਵੀਰੋ ਪਿਆਰ ਦੇ ਨਾਲ ਬੋਰ ਨਹੀਂ ਆਖਦੇ ਲਾਂਡੇ ਕੇ ਪਿੰਡ ਦੇ ਕਰਮਪਾਲ ਸਿੱਧੂ ਹੁਣਾਂ ਦੀ ਟੀਮ ਦੇ ਲਈ ਕੈਨੇਡਾ ਦੇ ਵਿੱਚ ਤਗੜਾ ਖੇਡਣ ਵਾਲਾ ਨਿੱਕਾ ਪੂਰੀ ਕੋਸ਼ਿਸ਼ ਕਰਦਾ ਹਾਂਜੀ ਸਾਧੂ ਸਿੰਘ ਭਾਰਾ ਸਿੰਘ ਆਪਣੇ ਦਰਮਿਆਨ ਪਹੁੰਚੇ ਨੇ ਇੱਥੇ ਪਹੁੰਚਣ ਤੇ ਜੀਆਂ ਕਹਿੰਦੇ ਆ ਬਹੁਤ ਵੱਡਾ ਸਹਿਯੋਗ ਦਿੱਤਾ ਸਾਨੂੰ ਇਸ ਟੂਰਨਾਮੈਂਟ ਵਿੱਚ ਕਲੱਬ ਵੱਲੋਂ ਜੀਆਂ ਆਖਿਆ ਜਾਂਦਾ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਜੀ ਕਲੇਰ ਬੱਬੀ ਕਲੇਰ ਜੀ ਸਾਰੇ ਵੀਰਾਂ ਵੱਲੋਂ ਜਿੰਨੇ ਵੀ ਸਾਡੇ ਕਲੱਬ ਨੁਮਾਇੰਦੇ ਨੇ ਸਾਰਿਆਂ ਵੱਲੋਂ ਜੀਆਂ ਹੈ ਧੰਨਵਾਦ ਯੂਥ ਅਕਾਲ ਸਰਜਾ ਕਲੱਬ ਵੱਲੋਂ ਜੀਆਂ ਜੀ ਅਗਲੇ ਮੈਚ ਲਈ ਦਾਦਰ ਦੇ ਅਕਾਲ ਸਰ ਮੋਗੇ ਦੀ ਟੀਮ ਲਓ ਸਾਹਮਣੇ ਨਾਜਵਰ ਦਾ ਗੋਡਿਆ ਸਰੀਰ ਹੈ ਭੁੱਖ ਲੱਥ ਦੀ ਜਗਮੀਤ ਸਿੰਘ ਭੀਮ ਮਾੜੂ ਕੇ ਗਿੱਲ ਪਿੰਡ ਦਾ ਰੂਪ ਸਿੰਘ ਦੇ ਪੁੱਤਰ ਦੀ ਪਾਈ ਹੋਈ ਕਬੱਡੀ ਦੇ ਨਾਲ ਆਪਾਂ ਫਿਰ ਜੁੜਦੇ ਹਾਂ ਚਾਰ ਜਾਫੀ ਬੁਰਜੀਆਂ ਵਰਗੇ ਕਾਂਡ ਗੇਟਾ ਫਰਮਾ ਕਾਂਡ ਲੱਤੀ ਲੱਗਦਾ ਵੇਖੋ ਸਾਹਮਣੇ ਖੋਸਾਰਣ ਧੀਰ ਪਿੰਡ ਦੇ ਨਾਜਵਰ ਗੱਭਰੂ ਨੇ ਪੂਰੀ ਕੋਸ਼ਿਸ਼ ਕੀਤੀ ਔਰ ਭੀਮ ਸਿੰਘ ਮਾੜੂ ਕੇ ਗਿੱਲ ਪਿੰਡ ਦਾ ਬਹੁਤ ਤਗੜਾ ਪੁਆਇੰਟ ਜੋੜਦਾ ਆਪਣੀ ਟੀਮ ਦੇ ਲਈ ਜਿੰਨੇ ਸਪੇਅਰ ਨੇ ਇੱਕ ਸਾਈਡ ਤੋਂ ਕੇ ਬੈਠ ਜਾਣ ਹੈਲੋ ਹਾਂਜੀ ਰਿਜ਼ਲਟ ਨਹੀਂ ਬੋਲਣਾ ਜੀ ਨੱਥੋ ਕਰ ਟੀਮ ਨੇ ਇਤਰਾਜ ਲਾਇਆ ਵਿਰੋਧੀ ਟੀਮ ਤੇ ਤੁਝੇ ਪੈ ਕਿਹੜੀ ਟੀਮ ਬੁੱਟੇ ਖੋਸਾਰਣ ਧੀਰ ਤੇ ਨੱਥੋ ਕਰ ਦੀ ਟੀਮ ਦਾ ਰੋਮੜਾ ਜਿਹੜਾ ਬੈਟ ਖੇਡਿਆ ਜਾ ਰਿਹਾ ਹੈ ਇੱਕ ਮਿੰਟ ਖੋਸਾਰਣ ਧੀਰ ਤੇ ਇਤਰਾਜ ਲਾਇਆ ਮਾਨੂ ਕੋ ਗਿੱਲਾਂ ਨੇ ਫੈਸਲਾ ਹੋਲਡ ਰੱਖਿਆ ਜਾਊਗਾ ਕਿਹਨੇ ਜੀ ਐਂਟਰੀ ਕੀਤੀ ਰਹਿੰਦੀ ਹੈ ਠੀਕ ਹੈ ਕੋਈ ਗੱਲ ਜਿਹੜੇ ਸਪੇਅਰ ਖਿਡਾਰੀ ਨੇ ਇੱਕ ਸਾਈਡ ਤੋਂ ਕੇ ਬੈਠ ਜਾਣ ਮਿਹਰਬਾਨੀ ਕਰਕੇ ਖਿਡਾਰੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਦਾਦਰ ਤੇ ਅਕਾਲ ਸਰ ਦੀ ਟੀਮ ਦਾ ਜੋ ਅਗਲਾ ਮੈਚ ਇਧਰਲੇ ਪਾਸੇ ਆਪਾਂ ਫਿਰ ਜੁੜਦੇ ਆ ਮਾਣੂ ਕੇ ਗਿੱਲ ਪਿੰਡ ਦਾ ਇਕਬਾਲ ਸਿੰਘ ਵਾਧਿਆ ਕਬੱਡੀ ਪਾਰ ਦੇ ਲਈ ਚਾਰ ਜਾਫੀ ਪਾਟਾ ਉੱਪਰ ਥਾਪੀਆਂ ਮਾਰੇ ਨੇ ਖੋਸਾਰਣ ਧੀਰ ਪਿੰਡ ਦੇ ਲਓ ਵੇਖੋ ਸਾਹਮਣੇ ਹੋ ਗਿਆ ਮੁਕਾਬਲਾ ਨਹੀਂ ਹੋ ਰਿਸ਼ਤਾ ਖੇਡ ਕਬੱਡੀ ਮੈਦਾਨ ਦੇ ਵਿੱਚ ਟੱਕਰ ਹੋ ਗਈ ਸ਼ੇਰਾਂ ਦੀ ਖੜ ਕੇ ਦੇਖੇ ਕੁੱਲ ਜਮਾਨਾ ਕੱਪ ਉਹੀਓ ਜਿੱਤਣਗੇ ਜਿਹਨਾਂ ਦੇ ਦੌੜਿਆ ਪੱਟਾਂ ਵਿੱਚ ਜਾਣਾ ਹੈ ਵਿਸ਼ਵਾਸ ਸਿੰਘ ਜੀ ਗੱਲ ਉਹ ਵੀ ਆਪਣਾ ਸਮਾਨ ਚ ਲੈਣਗੇ ਰਿਸ਼ਪਾਲ ਸਿੰਘ ਜੀ ਗੱਲ ਔਰ ਦਰਬਾਰ ਸਿੰਘ ਜੀ ਲੱਕੀ ਗੱਲ ਉਹ ਵੀ ਆਪਣਾ ਸਮਾਨ ਚ ਲੈਣਗੇ ਦਰਬਾਰ ਸਿੰਘ ਜੀ ਲੱਕੀ ਉਹ ਵੀ ਆਪਣਾ ਸਨਮਾਨ ਚ ਲੈਣਗੇ ਵੱਡਾ ਯੋਗਦਾਨ ਤਾਂ ਸਾਨੂੰ ਇਸ ਕਬੱਡੀ ਕੱਪ ਚ ਇਹ ਦੇਖਿਆ ਭਰਮੀ ਹਾਜ਼ਰੀ ਵੀ ਇਹਨਾਂ ਨੇ ਲਾਈ ਆ ਸਾਡੇ ਨਾਲ ਅੱਜ ਦਿਲਬਾਸ ਸਿੰਘ ਹੁਣਾਂ ਨੇ ਹਰ ਰਿਸ਼ਪਾਲ ਸਿੰਘ ਜੀ ਉਹ ਵੀ ਆਪਣਾ ਸਨਮਾਨ ਚ ਲੈਣ ਜੀ ਬਹੁਤ ਵੱਡਾ ਯੋਗਦਾਨ ਸਾਡੇ ਕਬੱਡੀ ਕੱਪ ਚ ਪਾਇਆ ਜੀ ਹਾਂਜੀ ਆ ਗਏ ਜੀ ਆ ਸਨਮਾਨ ਚ ਲੈ ਰਹੇ ਨੇ ਰਿਸ਼ਪਾਲ ਸਿੰਘ ਗੱਲ ਔਰ ਉਧਰ ਕਹਿੰਦੇ ਵੀ ਪੂਰੇ ਵਾਰਡ ਦੇ ਵਿੱਚ ਜਿਹੜਾ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਪੰਜਾਬ ਲਾਈਵ 1.com ਦੇ ਜ਼ਰੀਏ ਸਾਡੇ ਐਨਆਰਈ ਵੀਰ ਇਹਨਾਂ ਮੈਚਾਂ ਦਾ ਆਨੰਦ ਮਾਰੇ ਨੇ ਉੱਥੇ ਜਥੇਦਾਰ ਹਾਕਮ ਸਿੰਘ ਜੀ ਟੋਲਾ ਮਾਰੇ ਵਾਲੇ ਪਿੰਡ ਤੋਂ ਪੁੱਜੇ ਨੇ ਆਜ਼ਾਦ ਕਬੱਡੀ ਕਲੱਬ ਨਵੈਟੋ ਦੀ ਟੀਮ ਦੇ ਕਰਤਾ ਧਰਤਾ ਦੇ ਉੱਥੇ ਕਿਵੇਂ ਕਰਾਕੁੜ ਜੀ ਔਰ ਅਮਨ ਬਰਾੜ ਜੀ ਬਾਲਬਾ ਸੱਭਿਆਚਾਰ ਗਰੁੱਪ ਵਾਲੇ ਬਹੁਤ ਬਹੁਤ ਧੰਨਵਾਦ ਗਾਜਰ ਵਾਲੀ ਇਹ ਦਿਲਬਾਗ ਦਾ ਜਿਹੜਾ ਵਿਸ਼ੇਸ਼ ਤੌਰ ਤੇ ਐਲਸੀਡੀ ਦੇ ਨਾਲ ਮਾਨ ਸਨਮਾਨ ਕੀਤਾ ਜਾਣਾ ਪਰ ਇਧਰ ਵੇਖੋ ਜਗਮੀਤ ਸਿੰਘ ਭੀਮ ਬਾਣੂ ਕੇ ਗਿੱਲ ਪਿੰਡ ਦਾ ਲੱਖਾਂ ਵਰਗਾ ਅੰਕ ਜੋੜਦਾ ਆਪਣੀ ਟੀਮ ਦੇ ਲਈ ਮਖਤਿਆਰ ਸਿੰਘ ਜੀ ਗਿੱਲ ਇਹਨਾਂ ਨੇ ਵੀ 21 ਰੁਪਏ ਆਪਣਾ ਤਾਂ ਵੀ ਆਪਣਾ ਸਨਮਾਨ ਚ ਲੈ ਕਿੰਨੇ 51 ਸੌਰੀ 5100 ਰੁਪਏ ਤਾਂ ਇਹਨਾਂ ਨੇ ਮੁਖਤਾਰ ਸਿੰਘ ਗਿੱਲ ਸਾਹਿਬ ਇਹ ਵੀ ਆਪਣਾ ਸਨਮਾਨ ਚ ਲੈਣ ਜੀ ਵੱਡਾ ਯੋਗਦਾਨ ਸਾਨੂੰ
ਇਸ ਟੂਰਨਾਮੈਂਟ ਜਿੱਤਾ ਹੈ ਮੁਖਤਿਆਰ ਸਿੰਘ ਗੱਲ ਗੇਜੀ ਕਪੂਰੇ ਦਾ ਕਬੱਡੀ ਪਾਰ ਦੇ ਲਈ ਬੰਦਿਆ ਖੇਡ ਕਬੱਡੀ ਮੈਦਾਨ ਦੇ ਵਿੱਚ ਲਓ ਉਧਰਲੇ ਪਾਸੇ ਨਾਥੋ ਕੇ ਪਿੰਡ ਦਾ ਗੱਭਰੂ ਪੂਰੀ ਕੋਸ਼ਿਸ਼ ਕਰਦਾ ਪਰ ਭਾਵੀ ਵੀਰ ਵੀਰ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਕਿ ਪੈਂਦੀ ਹੈ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਮਾਨਾ ਸਾਰਾ ਖੜ ਖੜ ਕੇ ਕਿਹੜਾ ਖਿੱਚੂ ਗਿੱਟੇ ਕਿਹੜਾ ਪਾਊਗਾ ਕਬੱਡੀ ਯਾਰੋ ਝੁੱਕ ਝੁੱਕ ਕੇ ਜਿਹਦੇ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਉਹਨੇ ਜਾਣਾ ਜਿੱਤ ਕੇ ਇਕਬਾਲ ਸਿੰਘ ਮਾਂਡੂਗੇ ਗਿੱਲ ਦਾ ਔਰ ਉਧਰਲੇ ਪਾਸੇ ਲਾਂਡੇ ਕੇ ਪਿੰਡ ਦਾ ਨਿੱਕਾ ਪੂਰੀ ਕੋਸ਼ਿਸ਼ ਕਰਦਾ ਲਾ ਕੇ ਤਕੜਾ ਜਿਹਾ ਜੱਫਾ ਇੱਕ ਅੰਕ ਦਾ ਵਾਧਾ ਕਰਦਾ ਆਪਣੀ ਟੀਮ ਦੇ ਲਈ ਸਾਧੂ ਸਿੰਘ ਜੀ ਗਿੱਲ ਸਾਹਿਬ ਇਹਨਾਂ ਨੇ ਵੀ ਕੁੰਜਾ ਸਰ ਪੀਤਾ ਸੀ ਇਹਨਾਂ ਨੂੰ ਵੀ ਸਨਮਾਨ ਦੇ ਕੇ ਮਾਣ ਮਹਿਸੂਸ ਕਰਦੇ ਹੈ ਔਰ ਸਰਦਾਰ ਸਾਧੂ ਸਿੰਘ ਗਿੱਲ ਸਾਹਿਬ ਔਰ ਸਤਨਾਮ ਸਿੰਘ ਸਾਡਾ ਵੀ ਕਮੇਟੀ ਮੈਂਬਰ ਹੈ ਗਿੱਲ ਸਾਹਿਬ ਆ ਜਾ ਤੂੰ ਵੀ ਨਵੇੜ ਲਓ ਜੀ ਕੰਮ ਸਤਨਾਮ ਸਿੰਘ ਦੀ ਸੱਤਾ ਔਰ ਸਾਰੇ ਸਜਾ ਨੂੰ ਬੇਨਤੀ ਵੀ ਜਿਹਨਾਂ ਨੇ ਸਾਨੂੰ 5121 ਤੋਂ 21,000 ਤੋਂ ਲੈ ਕੇ 1100 ਸਮਾਨ ਚ ਪੈਸੇ ਤੇ ਉਹ ਸਨਮਾਨ ਚ ਸਾਰੇ ਆ ਕੇ ਲੈ ਲਓ ਵੀਰ ਜੀ ਬੇਨਤੀ ਹੈ ਅਸੀਂ ਕੱਲੇ ਕੱਲੇ ਸਜੇ ਨੂੰ ਬੇਨਤੀ ਕਰ ਰਹੇ ਹਾਂ ਵੀ ਆਪੋ ਆਪਣੇ ਸਨਮਾਨ ਚ ਸਾਡੇ ਕੋਲ ਲਓ ਜੀ ਅਗਲੇ ਮੈਚ ਦੀ ਉਹ ਦੋ ਦੋ ਟੀਮਾਂ ਜਿਹੜੀਆਂ ਬਦਾਮੇ ਦੇ ਮੈਚ ਚੋਂ ਨੂੰ ਭਗਤਰਾਮਾ ਇੱਕ ਮਿੰਟ ਜੀ ਅਜੇ ਕੁਮਾਰ ਜੀ ਭਗਤਰਾਮਾ ਐਂਡ ਕੰਪਨੀ ਵਾਲੀ ਜਿਹਨਾਂ ਨੇ 11,000 ਰੁਪਇਆ ਆਪਣੇ ਟੂਰਨਾਮੈਂਟ ਦਿੱਤਾ ਹੈ ਤੇ ਖਿਡਾਰੀਆਂ ਦਾ ਵੀ ਮਾਣ ਕਰ ਰਹੇ ਨੇ ਅਜੇ ਕੁਮਾਰ ਜੀ ਆ ਜਾਓ ਜੀ ਤੁਸੀਂ ਵੀ ਆਪਣਾ ਸਨਮਾਨ ਚ ਲਓ ਜੀ ਔਰ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਤੂਰ ਜੀ ਡਾਕਟਰ ਵਰਿੰਦਰ ਸਿੰਘ ਜੀ ਬਹੁਤ ਵੱਡਾ ਯੋਗਦਾਨ ਇਹਨਾਂ ਦਾ ਵੀ ਆਪਣੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਇਧਰ ਵੇਖੋ ਸਾਹਮਣੇ ਨਿੱਕਾ ਲੰਡ ਕੇ ਪਿੰਡ ਦਾ ਲਾ ਕੇ ਤਕੜਾ ਜੱਫਾ ਬਹੁਤ ਤਕੜਾ ਪੁਆਇੰਟ ਜੋੜਦਾ ਆਪਣੀ ਟੀਮ ਦੇ ਲਈ ਗੇਜੀ ਕਪੂਰੇ ਪਿੰਡ ਦਾ ਵਾਧਿਆ ਕਬੱਡੀ ਪਾਉਣ ਦੇ ਲਈ ਭਾਈ ਫਿਰ ਕਬੱਡੀ ਚਾਰ ਜਾਫੀ ਨਾਥੋ ਕੇ ਪਿੰਡ ਦੇ ਬੁਰਜੀਆ ਵਰਗੇ ਨੇ ਲਓ ਵੇਖੋ ਸਾਹਮਣੇ ਵੀ ਕੀ ਨੇ ਡੰਡ ਮਾਰੇ ਕੀ ਨੇ ਬੈਠਕਾ ਕੀ ਨੇ ਖਾਧੀਆਂ ਨੇ ਘਾਉਦੀਆਂ ਚੋਰੀਆਂ ਚਾਰ ਜਾਫੀ ਬੁਰਜੀਆ ਵਰਗੇ ਨਾਥੋ ਕੇ ਪਿੰਡ ਦੇ ਲਓ ਸੋਨਾ ਮੇਰੇ ਵੀਰੋ ਪੱਤੋ ਵਾਲੇ ਸਾਧੂ ਸਿੰਘ ਬਰਾੜ ਦੀ ਟੀਮ ਦੇ ਲਈ ਖੇਡਦਾ ਪੰਜਾਬ ਦੇ ਕਬੱਡੀ ਕੱਪਾਂ ਤੇ ਵੇਖੋ ਸਾਹਮਣੇ ਕੱਢੀ ਖੁੱਚ ਲਾਇਆ ਜੱਫਾ ਸੋਨਾ ਨਾਥੋ ਕਿਆਂ ਦੀ ਧਰਤੀ ਦਾ ਨਾਉਦ ਗੱਭਰੂ ਲੱਖਾਂ ਵਰਗਾ ਅੰਕ ਜੋੜਦਾ ਆਪਣੀ ਟੀਮ ਦੇ ਲਈ ਹਾਂਜੀ ਸਦਾ ਸਤਨਾਮ ਸਿੰਘ ਜੀ ਗਿੱਲ ਸੱਤਾ ਸਾਡਾ ਵੀਰ ਕਿੱਥੇ ਵੱਡੀ ਜ਼ਿੰਮੇਵਾਰੀ ਸਾਹਮਣੇ ਨੇ ਅਗਲੇ ਮੈਚ ਦੀਆਂ ਦੋ ਟੀਮਾਂ ਪੁੱਜਣ ਲਓ ਇਧਰਲੇ ਪਾਸੇ ਸੋਨਾ ਨਾਥੋ ਕੇ ਪਿੰਡ ਦਾ ਕਾਢੀ ਖੁੱਚ ਲਾਇਆ ਜੱਫਾ ਕਿ ਜੇ ਤੂੰ ਪੱਟੜੀ ਖੁੱਚ ਜਾ ਕੇ ਧਰਮੇ ਤੋਂ ਪੁੱਛ ਸੈਦੋ ਵਾਲੇ ਨਾਲ ਲਿਆਜ ਪੂਰੀ ਸਾਡੀ ਸੱਜਣਾ ਬੜੀ ਔਖੀ ਹੁੰਦੀ ਇੱਕ ਜ਼ੋਰ ਦੇ ਨਾਲ ਗੋਸਾਗੜ ਧੀਰ ਪਿੰਡ ਦਾ ਨਾਜਵੰਤ ਗੱਭਰੂ ਬਹੁਤ ਤਕੜਾ ਪੁਆਇੰਟ ਜੋੜਦਾ ਆਪਣੀ ਟੀਮ ਦੇ ਲਈ ਚੱਲ ਵੀ ਭੀਮ ਪਾ ਵੀ ਕਬੱਡੀ ਨਾਜਵੰਤ ਜਗਮੀਤ ਸਿੰਘ ਭੀਮ ਮਾਨੂ ਕੇ ਗਿੱਲ ਪਿੰਡ ਦਾ ਵਾਧਿਆ ਕਬੱਡੀ ਪਾਉਣ ਦੇ ਲਈ ਖੋਸਾ ਰਣਧੀਰ ਦੀ ਟੀਮ ਨੇ ਨੱਥੋਕਿਆਂ ਦੀ ਟੀਮ ਤੇ ਇਤਰਾਜ਼ ਲਾਇਆ ਜੀ ਨੋਟ ਕਰੋ ਦੋਨੋਂ ਟੀਮਾਂ ਦਾ ਇਤਰਾਜ਼ ਹੈ ਪਰ ਇਧਰਲੇ ਪਾਸੇ ਬਾੜੂ ਕੇ ਗਿੱਲ ਪਿੰਡ ਦਾ ਨਾਜਵੰਤ ਗੱਭਰੂ ਖੇਡ ਕਬੱਡੀ ਮੈਦਾਨ ਦੇ ਵਿੱਚ ਨਿੱਕਾ ਲਾਂਡੇ ਕੇ ਪਿੰਡ ਦਾ ਕੈਨੇਡਾ ਦੇ ਕੈਲਗਰੀ ਖੇਡ ਮੈਦਾਨਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਪਰ ਭੀਮ ਬਾੜੂ ਕੇ ਪਿੰਡ ਦਾ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਅੱਜ ਪਹਿਲਾਂ ਰੇਡਰ ਨੇ ਰੇਡ ਪਾਈ ਸੀ ਹਰੇਕ ਪੱਟੀ ਵਾਲੇ ਨੇ ਉਹਦੇ ਲਈ 100 ਰੁਪਇਆ ਭਗਤਰਾ ਬੈਂਡ ਕੰਪਨੀ ਵਿਜੇ ਕੁਮਾਰ ਅਜੇ ਕੁਮਾਰ ਉਹਨਾਂ ਨੂੰ ਲਵਾਇਆ 100 ਰੁਪਇਆ ਸਪੈਸ਼ਲ ਨਾਮ ਅਗਲਾ ਮੁਕਾਬਲਾ ਦਾਦਰ ਤੇ ਅਕਾਲ ਸਰ ਮੋਗੇ ਦੀ ਟੀਮ ਦਾ ਲਓ ਵੇਖੋ ਸਾਹਮਣੇ ਗੇਜੀ ਕਪੂਰੇ ਪਿੰਡ ਦਾ ਨਾਜਵੰਤ ਗੱਭਰੂ ਖੇਡ ਕਬੱਡੀ ਮੈਦਾਨ ਦੇ ਵਿੱਚ ਅੱਜ ਜਿਹੜਾ ਨਾਥੋ ਕੇ ਪਿੰਡ ਦਾ ਨਾਜਵੰਤ ਗੱਭਰੂ ਆਪਣੀ ਟੀਮ ਦੇ ਹਿੱਸੇ ਜੋੜਦਾ ਹੈਲੋ ਅਜੇ ਕੁਮਾਰ ਲੋ ਜੀ ਜਿਹਦੇ ਵੀ ਸਪੇਅਰ ਨੇ ਇੱਕ ਸਾਈਡ ਤੋਂ ਕੇ ਬਾਰ ਸਰ ਮੇਰੀ ਬੇਨਤੀ ਹੈ ਜਿਹੜੇ ਸਪੇਅਰ ਨੇ ਕਿਰਪਾ ਕਰਕੇ ਲਾ ਕੇ ਇਧਰਲੇ ਪਾਸੇ ਇਕਬਾਲ ਸਿੰਘ ਬਾੜੂ ਕੇ ਗਿੱਲਾਂ ਵਾਲਾ ਬਹੁਤ ਵਧੀਆ ਅੰਕ ਜੋੜਦਾ ਆਪਣੀ ਟੀਮ ਦੇ ਲਈ
ਨਾਥੋਕਾ ਦੀ ਟੀਮ ਹਾਂ ਪੂਰਨ ਸਿੰਘ ਜੀ ਨੰਬਰਦਾਰ ਉਹ ਵੀ ਸਨਮਾਨ ਚ ਲੈਣ ਜੀ ਪੂਰਨ ਸਿੰਘ ਜੀ ਨੰਬਰਦਾਰ ਸਾਹਿਬ ਔਰ ਨਾਲ ਹੀ 100 ਰੁਪਇਆ ਰੇਡਰ ਦੇ ਲਈ ਪਹੁੰਚਿਆ ਜੀ ਅੱਜ ਇੱਕ ਮਾਤ ਆਪਣੇ ਜੀ ਆਪਣੇ ਲਈ ਇੱਧਰ ਧਿਆਨ ਸੀ ਆਪਣੇ ਦੀ 100 ਰੁਪਇਆ ਪਹੁੰਚਿਆ ਜੀ ਉਹ ਵੀ ਲੈ ਕੇ ਜਾਓ ਇਸਤੇ ਤੋਂ ਅਜੇ ਕੁਮਾਰ ਜੀ ਭਗਤ ਰਾਮ ਐਂਡ ਕੰਪਨੀ ਉਹਨਾਂ ਵੱਲੋਂ ਬਹੁਤ ਧੰਨਵਾਦ ਜੀ ਦੋਨੋ ਟੀਮਾਂ ਜਿਹੜੀਆਂ ਪੁੱਜਣ ਮੇਰੀ ਬੇਨਤੀ ਆ ਅਕਾਲ ਸਰ ਮੋਗਾ ਬਰਸੇ ਜਰਾੜਾ ਕਲੱਬ ਦਾਦਰ ਦਾ ਲੰਡਿਆ ਵਾਲਾ ਏਜੰਟਾ ਔਰ ਲੱਖਾਂ ਬੇਨਤੀ ਸਟੇਜ ਤੇ ਆ ਕੇ ਤੁਸੀਂ ਵੀ ਸਨਮਾਨ ਚਿੰਨ ਆਪਦੇ ਲੈ ਕੇ ਜਾਣੇ ਆ ਔਰ ਨਾਲ ਹੀ ਗੁਰਵਿੰਦਰ ਸਮਾਧ ਪਿੰਡ ਵਾਲਾ ਜਿੱਥੇ ਮੇਰੀ ਆਵਾਜ਼ ਸੁਣਦਾ ਉਹ ਵੀ ਸਟੇਜ ਤੇ ਪਹੁੰਚ ਜੇ ਉਹਦਾ ਵਿਸ਼ੇਸ਼ ਸਨਮਾਨ ਦੱਸੇ ਪੈਸੇ ਆਪਣੇ ਪੈਸੇ ਲੈ ਜੀ 100 ਰੁਪਇਆ ਵੀਰੇ ਠੀਕ ਆ ਜੀ ਦੋਨੋਂ ਟੀਮਾਂ ਜਿਹੜੀਆਂ ਵਾ ਸੈਂਟਰ ਲੈਵ ਤੇ ਪੁੱਜ ਜਾਣ ਅਕਾਲ ਸਰ ਮੋਗਾ ਤੇ ਰਾਣਾ ਕਲੱਬ ਦਾਦਰ ਦੀ ਟੀਮ ਦਾ ਜੋ ਮੁਕਾਬਲਾ ਖੇਡਿਆ ਜਾਣਾ ਹੈ ਨਾਲ ਹੀ ਅਗਲਾ ਮੈਚ 40 ਸਾਲਾ ਗੱਭਰੂਆਂ ਦਾ ਤੇ ਲੜਕੀਆਂ ਦਾ ਸ਼ੋਅ ਮੈਚ ਆਪਾਂ ਦੇਖਾਂਗੇ ਇਸ ਰਾਉਂਡ ਤੋਂ ਬਾਅਦ ਉਹ ਟੀਮਾਂ ਵੀ ਜਿਹੜੀਆਂ ਬਿਲਕੁਲ ਤਿਆਰ ਰਹਿਣ 40 ਸਾਲਾ ਗੱਭਰੂਆਂ ਦੇ ਸ਼ੋਅ ਮੈਚ ਤੇ ਲੜਕੀਆਂ ਦਾ ਜੋ ਆਪਾਂ ਮੈਚ ਦੇਖਾਂਗੇ ਇਧਰਲੇ ਪਾਸੇ ਅਕਾਲ ਸਰ ਮੋਗਾ ਤੇ ਦਾਦਰ ਦੀ ਟੀਮ ਦਾ ਇਧਰਲੇ ਪਾਸੇ ਮੁਕਾਬਲਾ ਜਿਹੜਾ ਬਹੁਤ ਹੀ ਤਕੜਾ ਸ਼ੁਰੂ ਹੋ ਜਾ ਰਿਹਾ ਹੈ ਇੱਕ ਪਾਸੇ ਟੀਮ ਜਿਹੜੀ ਕੀਤਾ ਬਾਰੇ ਵਾਲੀ ਕਮੈਂਟੇਟਰ ਵੀ ਲੈ ਜਾ ਕੇ ਸਮਾਜ ਕੀਤਾ ਬਾਰੇ ਦੀ ਆਪਣਾ ਬਾਖਲ ਬਨਵਾਰ ਦਾ ਕੋਈ ਮੈਂਬਰ ਹੋਵੇ ਤਾਂ ਸਮਾਜ ਚ ਲੈਣ ਕੁਲਦੀਪ ਸਿੰਘ ਗਾਖਲ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਹੋਵੇ ਤਾਂ ਸਮਾਜ ਚ ਲੈਣ ਜੀ ਔਰ ਬਾਤ ਸਿੰਘ ਤੇ ਬਲਵੰਤ ਸਿੰਘ ਉਹ ਵੀ ਆਪਣੇ ਸਮਾਜ ਚ ਲੈਣ ਜੀ ਪੀਐਸਓ ਸਤਨਾਮ ਸਿੰਘ ਜੀ ਪੀਐਸਓ ਉਹ ਵੀ ਆਪਣਾ ਸਮਾਜ ਚ ਲੈਣ ਜੀ ਆ ਕੇ ਸਟੇਜ ਤੋਂ ਬਹੁਤ ਧੰਨਵਾਦ ਜੀ ਹੈਲੋ ਬੇਨਤੀ ਹੈ ਪ੍ਰਬੰਧਕੀ ਕਮੇਟੀ ਨੂੰ ਬੱਬੀ ਕਲੀਅਰ ਜੀ ਬਾਈ ਬੱਬੀ ਕਬੱਡੀਆਂ ਜੀ ਕਿੰਨੀਆਂ ਕਿੰਨੀਆਂ ਕਬੱਡੀਆਂ ਦਾ ਮੈਚ ਹੈ ਲੱਖੇ ਨੂੰ ਬੇਨਤੀ ਵੀ ਲੱਖਾਂ ਹੀ ਪਹੁੰਚ ਜੇ 10:30 ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇੱਧਰ ਮੁਕਾਬਲਾ ਉੱਧਰ ਮਾਨਾਂ ਸਨਮਾਨਾਂ ਦੀ ਜਿਹੜੀ ਰਸਮ ਚੱਲ ਰਹੀ ਹੈ ਮੰਚ ਦੇ ਉੱਪਰ ਜਿਨ੍ਹਾਂ ਵੀਰਾਂ ਨੇ ਸਾਨੂੰ ਵੱਡੇ ਮਾਣ ਦਿੱਤੇ ਆਓ ਆਪਾਂ ਜੁੜਦੇ ਹਾਂ ਕਬੱਡੀ ਦੇ ਮੈਦਾਨ ਦੇ ਨਾਲ ਕਿ ਖੇਡ ਖੇਡਾਂ ਵਿੱਚੋਂ ਬਾਡੀ ਜਿਹਨੂੰ ਆਖਦੇ ਕਬੱਡੀ ਜਿਹੜੀ ਖੇਡੀ ਜਾਂਦੀ ਲਾਂਗੇ ਪੂਰਾ ਤਾਨ ਮਿੱਤਰੋ ਕਬੱਡੀ ਭਾਂਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਖੋਸਾ ਕੋਟਲਾ ਪਿੰਡ ਹੈ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ 155 ਪਾਉਂਡ ਦੇ ਲਈ ਤਕੜਾ ਖੇਡਿਆ ਨਰਪਾਲ ਸਿੰਘ ਲੱਖਾਂ ਵਰਗਾ ਅੰਕ ਜੋੜਦਾ ਦਾਦਰ ਦੀ ਟੀਮ ਦੇ ਲਈ ਮੋਗੇ ਦੀ ਟੀਮ ਜਿਹੜੀ ਸਟੇਜ ਵਾਲੇ ਪਾਸੇ ਖੇਡ ਰਹੀ ਔਰ ਉਧਰਲੇ ਪਾਸੇ ਟੀਮ ਜਿਹੜੀ ਦਾਦਰ ਪਿੰਡ ਦੀ ਰਾਣੀ ਪਿੰਡ ਦਾ ਨਾਜਵਨ ਗੱਭਰੂ ਹਰਪ੍ਰੀਤ ਸਿੰਘ ਬੰਬ ਦੇ ਨਾਲ ਨਾਲ ਜਾਣਾ ਜਾਂਦਾ ਕਬੱਡੀ ਦੇ ਵਿੱਚ ਦੇਖੋ ਸਾਹਮਣੇ ਲਓ ਦਾਦਰ ਪਿੰਡ ਦੇ ਮਾਰੇ ਨੂੰ ਹਲਕਾ ਟੱਚ ਕੀਤਾ ਬੰਬ ਰਾਵਲੀ ਪਿੰਡ ਦਾ ਬਹੁਤ ਤਕੜਾ ਪੁਆਇੰਟ ਜੋੜਦਾ ਆਪਣੀ ਟੀਮ ਦੇ ਲਈ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਲਾਓ ਬੂਟਾ ਦਾਦਰ ਦੀ ਧਰਤੀ ਦਾ ਨਾਜਵਨ ਗੱਭਰੂ ਬਹੁਤ ਤਕੜਾ ਅੰਕ ਜੋੜਦਾ ਬਾਡੀਆਂ ਰੌਣਕਾਂ ਵਾਲੇ ਬਾਗ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਅੱਜ ਆਪਾਂ ਦੇਖ ਰਹੇ ਹਾਂ ਅਕਾਲ ਸਰ ਯੂਥ ਕਲੱਬ ਦੇ ਵੱਡੇ ਯਤਨ ਨੇ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਲਓ ਇਧਰਲੇ ਪਾਸੇ ਚੱਕੀ ਦੇ ਪੁੜ ਵਰਗੀ ਛਾਤੀ ਹੈ ਬੁੱਧਗਰਾ ਵਰਗੇ ਪੱਟ ਨੇ ਰਾਵਲੀ ਪਿੰਡ ਹੈ ਮੇਰੇ ਵੀਰੋ ਇਸ ਵੇਲੇ ਹਰਪ੍ਰੀਤ ਬੰਬ ਉਧਰਲੇ ਪਾਸੇ ਮੇਰੇ ਵੀਰੋ ਦੋਹੀਆਂ ਵਿੱਚ ਹੈਲੋ ਬੁੱਟੇ ਸੋ ਸਟੇਜ ਤੋਂ ਜਿਹੜਾ ਮਾਨ ਸਮਾਪਤ ਜਾ ਰਿਹਾ ਜੀ ਦਵਿੰਦਰ ਰਣੀਆ ਜੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੌਰਥ ਅਮਰੀਕਾ ਔਰ ਸਿਆਸਤ ਦੇ ਝੰਡੇ ਕਹਿੰਦੇ ਬਾਹਰਲੇ ਮੁਲਕਾਂ 'ਚ ਜਾ ਕੇ ਪੰਜਾਬੀਆਂ ਨੇ ਗੱਦਣ ਵਾਲੀ ਗੱਲ ਆ ਔਰ ਵੱਡਾ ਨਾਂ ਹੈ ਸ਼੍ਰੋਮਣੀ ਅਕਾਲੀ ਦਲ 'ਚ ਜਹੇਦਾਰ ਦਵਿੰਦਰ ਸਿੰਘ ਜੀ ਰਣੀਆ ਔਰ ਸਾਡੇ ਦਰਮਿਆਨ ਪਹੁੰਚੇ ਨੇ ਪਰਮਦੀਪ ਸਿੰਘ ਗਿੱਲ ਸਾਬਕਾ ਡੀ ਜੀ ਪੀ ਪੰਜਾਬ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ 'ਚ ਬਹੁਤ ਵੱਡਾ ਨਾਂ ਇਸ ਪਰਿਵਾਰ ਦਾ ਵੀ ਔਰ ਵਿਸ਼ੇਸ਼ ਸਨਮਾਨ ਦੇ ਰਹੇ ਅਸੀਂ ਔਰ ਸਾਡੇ ਡੀ ਜੀ ਪੀ ਸਾਹਿਬ ਪਰਮ ਸਿੰਘ ਗਿੱਲ ਸਾਹਿਬ ਨੂੰ ਕੀਮਤੀ ਸਮਾਂ ਛੱਡ ਕੇ ਆਏ ਆ ਔਰ ਮਿਲ ਭਾਈ ਜੀ ਬੇਨਤੀ ਪਹਿਲਾਂ ਵੀ ਕੀਤੀ ਵੀ ਜਿਹਨਾਂ ਨੇ 1100 ਤੋਂ ਲੈ ਕੇ ਉੱਪਰ ਤੱਕ ਸਾਨੂੰ ਸਨਮਾਨਿਤ ਆਏ ਉਹ ਟੀਮਾਂ ਦੋਨੋਂ
ਬੇਨਤੀ ਜੀ ਉਹ ਸਾਡੇ ਰਾਜਧਾਨੀ ਵੀ ਸਟੇਜ 'ਤੇ ਆ ਕੇ ਸਨਮਾਨ 'ਚ ਲੈਣ ਜੀ। ਉਹਨਾਂ ਨੂੰ ਬੇਨਤੀ ਜਿਹਨਾਂ ਨੇ ਸਾਨੂੰ 1100 ਤੋਂ ਲੈ ਕੇ ਉੱਪਰ ਤੱਕ ਮੈਕਸ ਹੱਤੀ ਹੋ ਕੇ ਸਨਮਾਨ 'ਚ ਲੈਣ ਸਟੇਜ 'ਤੇ। ਹੈਲੋ ਲਓ ਇਧਰਲੇ ਪਾਸੇ ਆਤਮਾ ਡਾਲੇ ਦਾ ਪੂਰੀ ਕੋਸ਼ਿਸ਼ ਕਰਦਾ। ਇੱਕ ਮਿੰਟ ਜੀ, ਇਹ ਬਹੁਤ ਵਧੀਆ ਬੋਲ ਬੋਲਦਾ ਸਾਡਾ ਵੀਰ, ਕਿੰਦਾ ਬਾਰੇ ਵਾਲੀ ਆ ਹੈਂਡੀਕੈਪਟ ਹੈ, ਪਕਾਰੇ ਬਾਲ ਆਤਮਾ ਬੋਲੀਏ ਪੋਲੀਏ ਦਾ ਕਰੋ ਖਾਤਮਾ। ਭਾਵੇਂ ਸਰਕਾਰ ਨੇ ਲੱਖਾਂ ਮਹਿਮਾ ਚਲਾਈਆਂ ਪਰ ਫਿਰ ਵੀ ਕਿਸੇ ਦੇ ਭਾਰੂ ਹੋ ਜਾਂਦੀ ਹੈ। ਇਹਦਾ ਵੀ ਸਨਮਾਨ ਦਿਓ ਟਰਾਫੀ ਤੋਂ। ਦੋਨੋਂ ਟੀਮਾਂ ਦਾ ਜਿਹੜਾ ਇੰਤਰਾਜ ਹੈ ਜੀ ਖੋਸਾ ਰਣਧੀਰ ਤੇ ਬੈਠੋਗਿਆ ਜੀ ਦਾ, ਇਹ ਫੈਸਲਾ ਪ੍ਰਬੰਧਕੀ ਕਮੇਟੀ ਕਰੇਗੀ। ਬਹੁਤ ਬਹੁਤ ਧੰਨਵਾਦ। ਇਧਰਲੇ ਪਾਸੇ ਹਰਪ੍ਰੀਤ ਬਾਬਰ ਰੌਲੀ ਪਿੰਡ ਦਾ ਚਾਰ ਜਾਫੀ ਦੇ ਦਾਦਰ ਦੀ ਧਰਤੀ ਦੋ ਨੰਬਰ ਤੇ ਮੇਰੇ ਵੀਰ ਸੰਧੂਰਾ ਦਾਦਰ ਦਾ ਤੇ ਆਤਮਾ ਡਾਲੇ ਵਾਲਾ, ਚਾਰ ਜਾਫੀ ਦੁਨੀਆ ਭਰ ਦੇ ਪ੍ਰਸਿੱਧ ਨੇ। ਲਓ ਮਾੜੇ ਨੇ ਪੂਰੀ ਕੋਸ਼ਿਸ਼ ਕੀਤੀ ਔਰ ਇੱਕ ਜ਼ੋਰ ਦੇ ਨਾਲ ਹਰਪ੍ਰੀਤ ਬੰਬ ਰੌਲੀ ਪਿੰਡ ਦਾ ਨੌਜਵਾਨ ਗੱਭਰੂ ਲੱਖਿਆ ਜੇ ਅੰਕ ਐਡਜਸਟ ਕਰਦਾ। ਨਿਰਭੈ ਸਿੰਘ ਖੋਸੇ ਕੋਟਲੀ ਪਿੰਡ ਦਾ ਨੌਜਵਾਨ ਗੱਭਰੂ ਚੜ੍ਹਦੀ ਜੀ ਵਰੇਸ ਦਾ ਮੁੱਝ ਫੁੱਟ, 20-21 ਸਾਲਾਂ ਦੀ ਉਮਰ ਇਸ ਖਿਡਾਰੀ ਦੀ ਆਪਾਂ ਅੰਦਾਜ਼ਾ ਲਗਾਈਏ। ਚਾਰ ਜਾਫੀ ਨੇ, ਲਓ ਮੌਕੇ ਤੇ ਕੌਣ ਵੱਧ ਕੇ ਮਾਰਦਾ ਹੈ ਜੱਫਾ, ਕੌਣ ਗਿੱਟਾ ਫੜਦਾ, ਕੌਣ ਲੱਤੀ ਲੱਗਦਾ ਹਲਕਾ ਟੱਚ ਕੀਤਾ ਫੁੱਲ ਵਰਗਾ। ਨਿਰਭੈ ਸਿੰਘ ਖੋਸੇ ਕੋਟਲੀ ਦਾ ਨੌਜਵਾਨ ਗੱਭਰੂ ਲੱਖੇ ਜੇ ਅੰਕ ਦਾ ਵਾਅਦਾ ਕਰਦਾ। ਔਰ ਸਾਰੀ ਕਲੱਬ ਵੱਲੋਂ ਜਿਹੜਾ ਵਿਸ਼ੇਸ਼ ਸਨਮਾਨ ਤਾਂ ਜਾ ਰਿਹਾ ਹੈ ਪਰਮਦੀਪ ਸਿੰਘ ਜੀ ਗਿੱਲ ਸਾਹਿਬ ਸਾਬਕਾ DGP ਪੰਜਾਬ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਵਿੱਚ ਬਹੁਤ ਵੱਡਾ ਨਾਂ ਇਹਨਾਂ ਦਾ। ਸੋ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਅੱਜ ਦੇ ਇਸ ਖੇਡ ਮੇਲੇ ਦੀ ਰੌਣਕ ਨੂੰ ਵਧਾਇਆ, ਇਹਨਾਂ ਨੇ ਪਹੁੰਚੇ ਆ ਸਮਾਂ ਕੱਢ ਕੇ, ਅਸੀਂ ਜੀ ਆਇਆਂ ਕਹਿੰਦੇ ਹਾਂ, ਬਹੁਤ ਧੰਨਵਾਦ ਕਰਦੇ ਜੀ ਅਕਾਲ ਸਰ ਯੂਥ ਕਲੱਬ ਵੱਲੋਂ। ਇਧਰਲੇ ਪਾਸੇ ਕਹਿੰਦੀ ਵੀ ਡਾਲੇ ਪਿੰਡ ਦਾ ਆਤਮਾ ਪੂਰੀ ਕੋਸ਼ਿਸ਼ ਕਰ ਰਿਹਾ, ਧਾਵੀ ਦਾ ਬੋਲਿਆ ਧਾਵਾ ਵੇਖੋ ਸਾਹਮਣੇ, ਐਨ ਬਿਲਕੁਲ ਹੱਥਿਆਂ ਤੇ ਲਾਗੇ ਕਰਕੇ ਕਰਾਰੀ ਜੀ ਝਪਟ ਹੋਈ। ਔਰ ਬੰਬ ਰਾਵਲੀ ਦਾ ਅਕਾਲ ਸਰ ਦੀ ਟੀਮ ਦੇ ਹਿੱਸੇ ਲੱਖੇ ਜੇ ਅੰਕ ਦਾ ਵਾਅਦਾ ਕਰਦਾ। ਬੂਟਾ ਦਾਦਰ ਪਿੰਡ ਦਾ ਵਧੀਆ ਕਬੱਡੀ ਪਾਉਣ ਦੇ ਲਈ ਚਾਰ ਜਾਫੀ ਬੁਰਜੀਆ ਵਰਗੇ ਚਾਰਾਂ ਭਰਾਵਾਂ ਦੇ ਵਿੱਚੋਂ ਪ੍ਰੇਮ ਕਪੂਰੇ ਪਿੰਡ ਦਾ ਜਾਂ ਫਿਰ ਉਧਰਲੇ ਪਾਸੇ ਜਾਫੀ ਮੋਕੇ ਦਾ ਬਾਹਰ ਦਾ ਜੱਫਾ ਸੋਸ਼ੇਸ਼ ਸਨਮਾਨਤਾ ਗਿਆ ਜੀ ਸਾਰੀ ਕਲੱਬ ਵੱਲੋਂ, ਅਕਾਲ ਸਰ ਯੂਥ ਕਲੱਬ ਵੱਲੋਂ ਜੀ ਆਖਿਆ ਜਾਂਦਾ ਜੀ ਪਰਮਦੀਪ ਸਿੰਘ ਜੀ ਗਿੱਲ ਸਾਹਿਬ। ਸੋ ਉਹਨਾਂ ਦੇ ਨਾਲ ਹੋਰ ਵੀ ਸਤਿਕਾਰਯੋਗ ਸ਼ਖਸੀਅਤਾਂ ਇਸ ਨਗਰ ਦੀਆਂ ਪੁੱਜੀਆਂ ਨੇ ਔਰ ਬਾਘਾ ਮੋਗਾ ਸ਼ਹਿਰ ਦੇ ਜਿੰਨੇ ਵੀ ਸਤਿਕਾਰਯੋਗ ਪੁੱਜੇ ਨੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਕੋਟਨ ਕੋਟ ਧੰਨਵਾਦ ਕੀਤਾ ਜਾਂਦਾ ਜੀ ਔਰ ਸਮੁੱਚੀ ਕਲੱਬ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਜਿੰਨੇ ਵੀ ਸਾਡੇ ਸਤਿਕਾਰਯੋਗ ਵੀਰ ਪੁੱਜੇ ਨੇ ਪਰਮਜੀਤ ਸਿੰਘ ਜੀ ਗਿੱਲ ਸਾਹਿਬ ਸਾਬਕਾ DGP ਪਰ ਇਧਰ ਵੇਖੋ ਨਿਰਭੈ ਸਿੰਘ ਖੋਸੇ ਕੋਟਲੇ ਦਾ ਲੱਖਾ ਜਿਹਾ ਅੰਕ ਜੋੜਦਾ ਆਪਣੀ ਟੀਮ ਦੇ ਲਈ। ਚੱਲ ਵੀ ਹਰਪ੍ਰੀਤ ਸਿੰਘ ਤਾਂ ਫਿਰ ਅਗਲੀ ਰੇਡ ਰਾਜਵਾਨਾ ਰਾਲੀ ਪਿੰਡ ਦਾ ਚੜ੍ਹਦੀ ਵਰੇਸ ਦਾ ਨੌਜਵਾਨ ਗੱਭਰੂ ਕਬੱਡੀ ਦੇ ਮੈਦਾਨ ਦੇ ਵਿੱਚ ਬੋਲਿਆ ਧਾਵਾ, ਚਾਰ ਜਾਫੀ ਦਾਦਰ ਦੀ ਧਰਤੀ ਦੇ ਚਾਰਾਂ ਭਰਾਵਾਂ ਦੇ ਵਿੱਚੋਂ ਕਿਹੜਾ ਗੱਭਰੂ ਵੱਧ ਕੇ ਮਾਰਦਾ ਜੱਫਾ। ਇੱਕ ਪਾਸੇ ਦਾਦਰ ਪਿੰਡ ਦਾ ਵਰਿੰਦਰ, ਦੂਜੇ ਪਾਸੇ ਆਤਮਾ ਡਾਲੇ ਪਿੰਡ ਦਾ ਵੇਖੋ ਸਾਹਮਣੇ ਹੋਇਆ ਮੁਕਾਬਲਾ, ਹਲਕਾ ਟੱਚ ਕੀਤਾ ਮਾੜੇ ਨੂੰ, ਰੇਸ਼ਮ ਫੁੱਲੇ ਵਾਲੀ ਆ ਮਾਰਦਾ ਸੁਲਤਾਨ ਦੇ ਵਿੱਚ ਵਿਸਲ ਵੀ ਅੰਕ ਜਿਹੜਾ ਧਾਵੀ ਦੇ ਹਿੱਸੇ ਜੋੜਦਾ। ਤੀਸਰੇ ਰਾਉਂਡ ਦੇ ਜੋ ਮੈਚ ਖੇਡੇ ਜਾਣਗੇ, ਪਹਿਲਾ ਮੁਕਾਬਲਾ ਘੱਲ ਕਲਾਂ ਤੇ ਨੱਥੋਕਿਆਂ ਦੀ ਟੀਮ ਦਾ, ਥਰਡ ਰਾਉਂਡ ਕਬੱਡੀ ਓਪਨ ਦਾ ਘੱਲ ਕਲਾਂ ਤੇ ਨੱਥੋਕੇ, ਚੂੜ ਚੱਕ ਤੇ ਮਾਲਾ ਕਲਾਂ, ਇੰਦਗੜ੍ਹ ਤੇ ਮਾੜੂਕੇ ਮਲਕ ਦੀ ਟੀਮ ਜਿਹੜੀ ਜੇਤੂ ਦੇ ਨਾਲ ਖੇਡੇਗੀ। ਇਹ ਜਿਹੜੇ ਮੁਕਾਬਲੇ ਖੇਡੇ ਜਾਣਗੇ ਸਾਰੇ ਖਿਡਾਰੀ ਧਿਆਨ ਦੇਣ, ਅਗਲਾ ਮੈਚ 40 ਸਾਲਾ ਗੱਭਰੂਆਂ ਦਾ। ਲਓ ਇਧਰਲੇ ਪਾਸੇ ਕਹਿੰਦੇ ਵੀ ਨੰਗਲ ਪਿੰਡ ਦੇ ਲਾਬੀ ਹੋਣਾ ਦੀ ਟੀਮ ਦੇ ਲਈ, ਐਪਸੋਡ ਦੀ ਟੀਮ ਦੇ ਲਈ ਤਕੜਾ ਖੇਡਿਆ ਕਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਵਰਿੰਦਰ ਹਰਿਕ ਦਾਦਰ ਪਿੰਡ ਦਾ ਬਹੁਤ ਤਕੜਾ ਅੰਕ ਜੋੜਦਾ। ਲੱਖੇ ਨੂੰ ਬੇਨਤੀ ਹੈ ਵੀ ਗਰਾਊਂਡ ਪਹੁੰਚਣ ਲੱਖਾ ਸਾਡਾ ਵੀਰ ਲੰਡਿਆ ਵਾਲਾ ਕਬੱਡੀ ਖਿਡਾਰੀ ਔਰ ਗੁਰਵਿੰਦਰ ਸਮਾਜ ਭਾਈ ਜੰਟਾ ਲੰਡੇ ਔਰ ਹੋਰ ਵੀ ਅਸੀਂ ਖਿਡਾਰੀਆਂ ਨੂੰ ਜਿਹੜੇ ਵਧੀਆ ਵਧੀਆ ਖਿਡਾਰੀ ਵਿਸ਼ੇਸ਼ ਸਨਮਾਨ ਦੇ ਰਹੇ ਹਾਂ। ਕਿਰਾਇਆ ਹੀ ਹੈਗੇ ਮੁੰਡੇ ਖੜਿਆ ਖੜੇ ਬਹੁਤ ਚੜ੍ਹਦੇ ਸਮਾਂ ਜਿਹੜਾ ਸਮਾਪਤ ਇਸ ਮੁਕਾਬਲੇ ਦਾ, 40 ਸਾਲਾ ਗੱਭਰੂ ਵੀ ਆ ਗਏ ਨੇ, ਤਾੜੀਆਂ ਮਾਰ ਦਿਓ ਇਹਨਾਂ ਦੇ ਲਈ ਕਿ ਰੱਬ ਨੇ ਟੋਟ ਦਿੱਤੀ ਨਾ ਤੰਗੀ, ਘਰ ਵਿੱਚ ਰੌਣਕ ਰੰਗ ਬਰੰਗੀ, ਉੱਪਰੋਂ ਸਿਹਤ ਜਿਨ੍ਹਾਂ ਦੀ ਚੰਗੀ, ਲੱਖ ਲੱਖ ਸ਼ੁਕਰ ਮਨਾਉਂਦੇ ਨੇ।
ਤੂੰ ਬਹਿ ਕੇ ਦੇਖ ਜਵਾਨਾਂ ਰਾਤੇ ਭੰਗੜਾ ਪਾਉਂਦੇ ਨੇ। ਔਰ ਕੁਲਦੀਪ ਸ਼ਰਮਾ ਜੀ ਅਗਲੀ ਕਬੱਡੀ ਦੀ ਬਾਤ ਤੁਹਾਡੇ ਨਾਲ ਸਾਂਝੀ ਕਰਨਗੇ। ਆ ਕਿਹੜੀ ਟੀਮ ਵਿਨਰ ਹੈ ਜੀ? ਪੁਆਇੰਟਾਂ ਦੇ ਵੀਰ ਦੱਸੀ ਮਾੜਾ ਜਿਹਾ ਨੌਜਵਾਨ ਹੈ ਕਿਹੜੀ ਟੀਮ? ਦਾਉਦਰ ਦੀ ਟੀਮ, ਰਾਣਾ ਕਲੱਬ ਦਾਉਦਰ ਦੀ ਟੀਮ ਵਿਨਰ ਹੈ। ਨੋਟ ਕਰੋ ਜੀ, ਸਾਡੀ ਪ੍ਰਬੰਧਕੀ ਕਮੇਟੀ ਦਾਉਦਰ ਰਾਣਾ ਕਲੱਬ ਦਾਉਦਰ ਦੀ ਟੀਮ ਵਿਨਰ ਹੈ। ਪਹਿਲਾ ਮੁਕਾਬਲਾ ਘੱਲ ਕਲੱਬ ਦੇ ਨੱਥੋਕਿਆਂ ਦੀ ਟੀਮ ਦਾ ਤੀਸਰੇ ਰਾਊਂਡ ਦਾ ਖੇਡਿਆ ਜਾਣਾ ਹੈ। ਹੈਲੋ ਲੈ ਬੂਆ, ਟੀਨਾ ਟੀਮਾਂ ਲਾਈਨ ਅਪ ਕਰ ਲਓ ਜੀ। ਗੁਰਜੀਤ ਜੀ, ਆਪਾਂ ਖਿਡਾਰੀਆਂ ਦਾ ਜਾਣ ਪਛਾਣ ਕਰਾਵਾਂਗੇ। ਔਰ ਸਾਡੇ ਅੱਜ ਦੇ ਚੀਫ ਗੈਸਟ, ਸਤਿਕਾਰਯੋਗ ਮਾਨਯੋਗ ਸ਼ਖਸੀਅਤ, ਇਸ ਨਗਰ ਦੀ ਸ਼ਹਿਰ ਦੀ ਸਾਬਕਾ ਡੀ ਜੀ ਪੀ ਸਰਦਾਰ ਪਰਮਦੀਪ ਸਿੰਘ ਜੀ ਗਿੱਲ, ਔਰ ਉਹਨਾਂ ਦੇ ਨਾਲ ਵਿੰਦਰ ਸਿੰਘ ਜੀ ਰਣੀਆਂ, ਵਿਸ਼ੇਸ਼ ਤੌਰ 'ਤੇ ਹੋਰ ਵੀ ਬਹੁਤ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ, ਔਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਨੇ ਸਾਡੇ ਕੋਲ ਬਹੁਤ ਸਾਰੇ ਪੁੱਜੇ ਨੇ। ਅਸੀਂ ਸਾਰਿਆਂ ਦਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। 40 ਸਾਲੇ ਗੱਭਰੂ ਦੇ ਪਾ ਗੱਭਰੂ ਪਹੁੰਚ ਚੁੱਕੇ ਨੇ। ਬੁਗਲੇ ਹੱਥ ਖੜਾ ਕਰੀ, ਬੁਗਲੇ ਦੀ ਲੋਕਾਂ ਦੀ ਮੰਗ ਸੀ ਬੁਗਲਾ ਪਹੁੰਚਣਾ ਚਾਹੀਦਾ, ਪਹੁੰਚ ਗੱਲ ਜੀ ਬੁਗਲਾ ਬੱਬੀ ਕਲੇਰ ਜੀ। ਹਾਂ ਬਹੁਤ ਸੋਹਣਾ ਕਰਿਆਪਾ, ਆਦਰੋ ਕਰਿਆਪਾ, ਹਾਂ ਹੱਥ ਖੜਾ ਕਰਦੇ ਤੂੰ ਜੀ, ਕਿਰਪੇ ਹੱਥ ਖੜਾ ਕਰਦੀ। ਇਹਨਾਂ ਦੇ ਮੈਚ ਫਸਣਾ ਪੂਰਾ, ਬਹੁਤ ਤਕੜਾ ਜਿਹੜਾ ਮੈਚ ਖੇਡਿਆ ਜਾ ਰਿਹਾ ਹੈ। ਥਰਡ ਰਾਊਂਡ ਕਬੱਡੀ ਓਪਨ ਦਾ ਘੱਲ ਕਲਾ ਤੇ ਨੱਥੋਕੇ ਦੀ ਟੀਮ ਦਾ ਪਹਿਲਾ ਮੁਕਾਬਲਾ, ਚੂੜ ਚੱਕ ਤੇ ਬਾਲਾ ਕਲਾ, ਇੰਦਗੜ੍ਹ ਤੇ ਮਾਰੂਕੇ, ਦਾਦਰ ਤੇ ਮਾਲਕ ਜਿਹੜੇ ਮੁਕਾਬਲੇ ਖੇਡੇ ਜਾਣਗੇ ਤੀਸਰੇ ਰਾਊਂਡ ਦੇ। ਤਾਂ ਲੈਣਾ ਮੈਚ ਸ਼ੁਰੂ ਕਰਨਾ ਗਾ, ਠੀਕ ਹੈ ਜੀ, ਦੋਨੋਂ ਟੀਮਾਂ ਲੈਣਾ ਫੋਜਣ, ਮੇਰੀ ਬੇਨਤੀ ਹੈ। ਜਿੰਨੇ ਵੀ ਖਿਡਾਰੀ ਪੁੱਜੇ ਨੇ ਕਸ਼ਮੀਰ ਆਰਮੀ ਵਾਲੇ ਦਾ, ਬਹੁਤ ਤਕੜੇ ਕਬੱਡੀ, 40 ਸਾਲਾ ਨਿੰਮਾ ਭੋਡੀਪੁਰਾ, ਮੋਰ ਭੋਡੀਪੁਰਾ ਆਪਣੇ ਸਮੇਂ ਦੇ ਪ੍ਰਸਿੱਧ ਨੇ, ਜਿਹਨਾਂ ਨੇ ਕਹਿੰਦੇ ਵੀ ਲੋਹਾ ਬਣਵਾਇਆ ਆਪਣੇ ਸਮੇਂ ਦੇ ਵਿੱਚ। ਅੱਜ ਵੀ ਜਵਾਦੀ ਚੇਤੇ ਹੈ, ਕਬੱਡੀ ਦੇ ਨਾਲ ਵੱਡਾ ਪਿਆਰ ਹੈ ਜਿਹਨਾਂ ਦਾ। ਔਰ ਉਧਰ ਇਕਬਾਲ ਬੋਲਾ ਘੋੜੀਏ ਵਾਲਾ, ਬਹੁਤ ਤਕੜੇ ਖਿਡਾਰੀ ਪੁੱਜੇ ਨੇ ਕਬੱਡੀ 40 ਸਾਲਾਂ ਦੇ। ਦੋਨੋਂ ਟੀਮਾਂ ਜਿਹੜੀਆਂ ਲੈਣ ਆ ਫੋਜਣ, ਬਹੁਤ ਤਕੜਾ ਮੈਚ ਹੋਣਾ ਜਿਹੜਾ ਕਬੱਡੀ ਦਾ ਮੈਦਾਨ ਦੇ ਵਿੱਚ। ਔਰ ਅਗਲਾ ਮੈਚ ਜਿਹੜਾ ਲੜਕੀਆਂ ਦਾ ਸ਼ੋਅ ਮੈਚ ਹੈ, ਸਰਦਾਰ ਪਰਮਜੀਤ ਸਿੰਘ ਜੀ ਗਿੱਲ ਸਾਹਿਬ, ਸਾਬਕਾ ਡੀ ਜੀ ਪੀ ਪੰਜਾਬ, ਉਹਨਾਂ ਦੇ ਨਾਲ ਸਾਡੇ ਜਿੰਨੇ ਵੀ ਸਤਿਕਾਰਯੋਗ ਸਾਡੀ ਪ੍ਰਬੰਧਕੀ ਕਮੇਟੀ, ਇਹਨਾਂ ਦੇ ਨਾਲ ਜਾਣ ਪਛਾਣ ਕਰਨ ਦੇ ਲਈ ਆ ਰਹੀ ਹੈ। ਬਹੁਤ ਬਹੁਤ ਧੰਨਵਾਦ ਹੈ ਇੱਥੇ ਪੁੱਜਣ ਤੇ। 40 ਸਾਲਾ ਗੱਭਰੂਆਂ ਦਾ ਜਿਹੜਾ ਸ਼ੋਅ ਮੈਚ ਆਪਾਂ ਕੱਟਾਂਗੇ, ਜਾਣ ਪਛਾਣ ਕਰਦੇ ਹੋਏ ਸਰਦਾਰ ਪਰਮਜੀਤ ਸਿੰਘ ਜੀ ਗਿੱਲ ਸਾਹਿਬ, ਸਾਬਕਾ ਡੀ ਜੀ ਪੀ ਪੰਜਾਬ, ਔਰ ਉਹਨਾਂ ਦੇ ਨਾਲ ਰਣੀਆਂ ਸਾਹਿਬ ਪੁੱਜੇ ਨੇ, ਸਾਰੀ ਮਿੱਤਰ ਮੰਡਲੀ ਪੁੱਜੀ, ਅਵਤਾਰ ਸਿੰਘ ਜੀ ਕਲੇਰ ਸਾਡੀ ਇਸ ਕਲੱਬ ਦੇ ਪ੍ਰੈਜੀਡੈਂਟ ਨੇ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰਦੈਵ ਸਿੰਘ ਜੀ ਸੰਧੂ ਸਾਹਿਬ, ਜਿੰਨੇ ਵੀ ਸਤਿਕਾਰਯੋਗ ਵੀਰ ਪੁੱਜੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੁੱਜੇ ਹੋਏ ਸਤਿਕਾਰਯੋਗ। ਇੱਕ ਯਾਦਗਾਰੀ ਜਿਹੜੀ ਸਨੈਪ ਦੋਨੋਂ ਟੀਮਾਂ ਦੇ ਨਾਲ ਹੋਣੀ ਹੈ, ਦੋਨੋਂ ਟੀਮਾਂ ਬੈਠ ਜਾਣ, ਬੇਨਤੀ ਹੈ ਭਲਵਾਨਾਂ ਨੂੰ, ਇੱਕ ਯਾਦਗਾਰੀ ਜਿਹੜੀ ਸਨੈਪ ਹੋਵੇਗੀ ਦੋਨੋਂ ਹੀ ਟੀਮਾਂ ਦੇ ਨਾਲ। ਅੱਜ ਦੇ ਦਿਨ ਦਾ ਇਤਿਹਾਸਕ ਮੈਚ, ਜਿਹੜਾ ਨਾ ਭੁੱਲਣ ਯੋਗ ਤਸਵੀਰ ਦੋਨੋਂ ਟੀਮਾਂ ਦੇ ਨਾਲ, ਕਿ ਬਚਪਨ ਔਰ ਜਵਾਨੀ ਬੜਾਪੇ ਮੇ ਬਦਲ ਜਾਏਗੇ, ਯਾਦਗਾਰੀ ਕੇ ਲੀਏ ਕੇਵਲ ਫੋਟੋ ਹੀ ਰਜਾਏਗੇ, ਨਾ ਭੁੱਲਣ ਯੋਗ ਤਸਵੀਰ ਜਿਹੜੀ ਦੋਨੋਂ ਟੀਮਾਂ ਦੇ ਨਾਲ ਪੁੱਜੇ ਨੇ ਸਰਦਾਰ ਪਰਮਜੀਤ ਸਿੰਘ ਜੀ ਗਿੱਲ ਸਾਹਿਬ, ਸਾਬਕਾ ਡੀ ਜੀ ਪੀ ਪੰਜਾਬ, ਔਰ ਉਹਨਾਂ ਦੇ ਨਾਲ ਜਿੰਨੇ ਵੀ ਸਤਿਕਾਰਯੋਗ ਸੱਜਣ ਪੁੱਜੇ ਨੇ, ਸਾਰੇ ਵੀਰਾਂ ਦੇ ਇੱਥੇ ਪੁੱਜਣ ਤੇ ਬਹੁਤ ਬਹੁਤ ਧੰਨਵਾਦ। ਸਾਰੀ ਹੀ ਅਕਾਲਸਰ ਯੂਥ ਕਲੱਬ ਦੇ ਆਰਗਨਾਈਜ਼ਰ ਵੀਰਾਂ ਵੱਲੋਂ ਬਹੁਤ ਤਕੜਾ ਮੈਚ ਖੇਡਿਆ ਜਾਣਾ ਹੈ। ਘੱਲ ਕਲਾ ਤੇ ਨੱਥੋ ਕੇ, ਚੂੜ ਚੱਕ ਤੇ ਬਾਲਾ ਕਲਾ, ਇੰਡਗੜ੍ਹ ਤੇ ਮਾਰੂਕੇ, ਰਾਣਾ ਕਲੱਬ ਦਾਦਰ ਤੇ ਮਾਲਕ। ਕੁਲਦੀਪ ਸ਼ਰਮਾ ਜੀ ਕਿੱਥੇ ਹੈ? ਅਗਲੀ ਕਬੱਡੀ ਦੀ ਬਾਤ ਕੁਲਦੀਪ ਸ਼ਰਮਾ ਜੀ ਸਿੰਘ ਵਾਲਾ ਮਹਿਕ ਦੇ ਪ੍ਰੌੜਗੇ। ਹੈਲੋ, ਘੱਲ ਕਲਾ ਤੇ ਨੱਥੋਕੇ ਇਹ ਦੋਨੇ ਟੀਮਾਂ ਅਗਲੇ ਮੁਕਾਬਲੇ ਲਈ ਤਿਆਰ ਹੋ ਜਾਣ। ਹੁਣ 40 ਸਾਲਾਂ ਗੱਭਰੂਆਂ ਦਾ ਸ਼ੋਅ ਮੈਚ ਚੱਲਣ ਲੱਗਾ, ਕਹਿੰਦੇ ਵੀ ਉਮਰ ਆ ਕੇ ਜ਼ੋਰ ਨਹੀਂ ਚੱਲਦਾ ਗੋਡਿਆਂ ਮੋਢਿਆਂ ਦਾ, ਉੱਤੋਂ ਅਮਲੀਆ ਤੇਜ਼ ਹੋ ਗਿਆ ਭਾਵੀ ਡੋਡਿਆਂ ਦਾ। ਹੈਲੋ, ਪਰ ਖਰੇ ਸੌਦੇ ਅਮਲੀਆ ਅੱਜ ਕੱਲ੍ਹ ਕਦੋਂ ਉੱਥੇ ਆਉਂਦੇ ਨੇ, ਬਹਿ ਕੇ ਦੇਖ ਜਵਾਨਾ ਬਾਬੇ ਭੰਗੜੇ ਪਾਉਂਦੇ ਨੇ। ਹਾਂਜੀ ਸ਼ਰਮਾ ਜੀ, ਮੇਰੀ ਬੇਨਤੀ ਆ ਕਬੱਡੀ ਦੀਆਂ ਲੜਕੀਆਂ ਦੋਨੋਂ ਟੀਮਾਂ ਅਗਲੇ ਮੈਚਾਂ ਲਈ ਤਿਆਰ ਹੋ ਕੇ ਗਰਾਊਂਡ 'ਚ ਪਹੁੰਚ ਜਾਣ ਜੀ, ਨਾਲ ਦੀ ਨਾਲ ਹੀ ਮੈਚ ਸਟਾਰਟ ਹੋ ਜਾਣਾ, ਦੋਨੋਂ ਟੀਮਾਂ ਲੜਕੀਆਂ ਦੀਆਂ ਗਰਾਊਂਡ 'ਚ ਪਹੁੰਚ ਜਾਣ ਅਗਲੇ ਮੈਚ ਲਈ।
हाँ आ मैच देखो जी 40 साल 40 साल तो उपर वाले बाबा का मैच जो आप देखना है जो कबड्डी के ना पहला भी बहुत तगड़ी जवानी कबड्डी खेली तो हम फिर कबड्डी जुड़ चुके हैं। हाँ जी और मेरी बेनती दोनों टीम लड़कियां दियाँ रौता औलखियां टीम दोनों टीम कपड़े उतार के ग्राउंड पहुंच जाए लड़कियां बेनती तैयार होकर टीम ग्राउंड पहुंचा जी लावे मोगा ते बछिंडे का मैच शुरू हो जा रहा 40 साल दर्शकों मार दो बलकार सरपंच इस समय पौड़ा हो कबड्डी 40 साल नौजवान पौड़ा हो कबड्डी देखते हैं भी बाबे भंगड़ा पाने की कोशिश करते हैं उधरों नौजवान ने जफा लाया मार दो तारिया कश्मीर ने जफा ला दिता कहते दर्शक भी सवाद तारिया मार दो अरनी वाला पिंड है मुक्सर के लागे कश्मीरी ने ला तकड़ा जफा सरपंच नूं वाह भाई वाह आजाद करवाया मारो तारियां भी दर्शक भी होवे लाओ भाई आ चलिया बठिंडे वाला बुगला बाबा बठिंडा ते बाबा बुगला ते बाबा बहजा ठठा ठीक होके लाओ बुगला एक्शन दे बखरे ने बखरा अंदाज है इत्थे मारो तारियां भी दर्शक भी होवे उधर जफा लाउंदा नौजवान सामने लो होगी बल्ले बल्ले बुगले की कबड्डी आ कहते भी बुगले नचता वेखना आ तारीकोर सिंह वाली आने जफा लाया तारीकोर सिंह वाला जिला बठिंडे का ढोडीपुरे के लागे लावे निम्मा ढोडीपुरे वाला पाउंदा हो कबड्डी निम्मा ढोडीपुरे वाला सामने अज का जवान वेख लख किवें मारदा लगता है बाबे की जवानी नूं मंगारदा लावे उधर घोली वाला कहिंदा जफा लाउण दी कोशिश करदा पर पॉइंट जिहड़ा ढिड दे खाते दे विच सेवक ढे पिंड है पौड़ा है कबड्डी 40 साल का दर्शक भीरो तारियां मार दो बाबे दे नां दीआं लाओ भी सेवक ढे सामने पौड़ा है कबड्डी अगर सामने चार जाफी ने कोर सिंह वाले का ढोडीपुरे वाला नौजवान खड़ा है लाओ उधरों जफा लाउण दी करदा कोशिश नौजवान सामने घेरदी आ जवानी नूं जवानी लाओ इधर कहते सेवक रेड के खाते लाओ भाई कृपा है कृपा सवाल आता दर्शकों को कबड्डी देख के देखते हैं भाई इधर 365.com थोड़ा भला हो जाए इतने राखा मां के पुतों सारा टब्बर ही चिंबड़ के जमे काले कच्छा लग पाते हैं लाओ इधर बुगला वखरा अंदाज है कबड्डी का इसका बुगले की इथे मारी सजे परते थापी कहिंदा नहीं चलनी चुस्त चलाकी लाओ बुगले की पैंदी हुई कबड्डी मुंडा बठिंडे का बठिंडी भी तो मैनू कहिंदा हाई डिस्को लाओ भाई इधर .com लाइफ राइज पूरी दुनिया के बुजुर्ग वखरा अंदाज है भाई अमन बराड़ जी लंगियाना विशेष तौर पर पहुंचे ने उन्हों का भी धन्यवाद मालवा सभ्याचार ग्रुप भाई टोना मारे वालिया जथेदार हाकम सिंह जी कमेकर औगड़ जी होर भी बहुत सारे वीर लाओ उधर भाई कोर सिंह वाला गबरू फिर डबल टच ते सरपंच बलकार पॉइंट लगे फिर अपने पाले दे विच सेवक ढड्डियां वाला नौ फिर पौड़ा हो कबड्डी सेवक ढडे पौड़ा हो कबड्डी सामने चार जाफी ने मोगे वाले देखते हैं भी जिथे कहते गल हुंदी सी मोगा चाह जोगा जगरावा ठंडिया छावा ते बदनी पैसे ठगनी लाओ उधर सामने नौजवान ने भजन नहीं दिंदे गां वाले बुगला कहिंदा भज ला गां वाले भजन नहीं दिंदे मारो तारियां भी दर्शक भीरो इना जीता मार दो तारियां ओ जीता काम पूरे हिसाब नाल कीता किथे आके देती करमा ने हार वे घरिया चाहे मैनू ला दे पार वे बिल्कुल ढेरिया के लागे आके हार देने वाली गल बनी है पूरी कोशिश की पर अगली कबड्डी निम्मा ढोडीपुरा जिला बठिंडे का पिंड है और दुनिया मनाई कहते जवानी इस मुंडे ने 62 किलो वर्ग था 70 किलो वर्ग च निमे ढोडीपुरी ने भावे और 50 दे रेट होगी लगता हजे भी नौजवान ही आ गया बुगला जी बठिंडे वाला तारी मार देना एक बार हजे ने पूरा एक्शन करना वाजदी थापी पट दे हिक दे जोर से ला हुंदी बल्ले बल्ले मोर ढोडीपुरी अगे होके घेरदा ते बुगला बल्ले 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 होगी गभरू दलेर की खेल कबड्डी मां दे बब्बर शेरा लाओ इधर कृपा भुचो वाला फिर नौजवान पौड़ा होया उठ रखा राजस्थान दे ए मारो तारियां भी दर्शक भीरो रामपुर के हरंबे वांगू चलदे नौजवान है इत्थे
नहीं वो भुलना लफेड़ा मैनू तेरा ते डांगा सोटे भुल जाणगे क्यों जी एक बारी प्रबंधकों के नाम से ताड़ियां मार दो साडे मानयोग डीजीपी साहब इन्हां दा सम्मान रहे ने लो सेवक दी पैंदी इक बड़ी पक पईआं कणखां लफाट रसिया ते बूर पिया अंबां नूं गुलाब हसिया बागां उत्ते रंग फेरिया बहार ने बेरियां लफाईआं टाहणियां दे भार ने भई साईं दी निगाह जग ते सवलीए चल नहीं प्रेमीए मेले नूं चलीए लो बलकार सरपंच पौदा होया बड़ी लैला तो सरपंची भी सरकारी पैसा खावांगे पर बड़ी जवान ते औखी कबले बाजा दी मुटियारे दी लो कबड्डी कबड्डी करदा बलकार सरपंच ओ घोलीए दा कहिंदे फड़ ले जद पट घोलिया मुड़के भी शरदा नहीं इकबाल सिंह बोला प्यार नाल आखदे आ किसे ने कन्न ते ठोकदी होणी आ लो भई इकबाल सिंह ला तकड़ा जफा मार दो ताड़ियां भी दर्शक वीरो भई पूरा आनंद आ रहा मोगे वालेओ आ इत्थे रख तू नहीं बोलता जवाना तू नहीं बोलता तेरे च तेरा जोर बोलता ला बुगला एक एक्शन करना पूरा हां जी इधर बुगला होया ये कहता भी एक्शन का दिखा दें कोई जेब नूं हाथ नहीं पाउंदा लाओ बठिंडे वाला नौजवान बठिंडा बीकानेर हो गया कहता बस च उतर गई तू लाओ भी इधर पाला दूर करना लावे मोर बदल दे तोर ले वाह मोर वाह काका ला दे नाका बन जा झाफा कर जा वाका जा काका हो जा ददरा चाचा लाओ भी बठिंडे वाला अगर कोडीपुरे वाला निमा पौदा होया कबड्डी कल कलां ते नथ हो गए दियां टीमां तैयार हो जाण कल कलां ते नथ हो गए मिट्टी ना फरोल जो गया नहीं ओला बड़े लाल गबा च लाओ भी इधर सेवक कहिंदे कदे उत्ते कदे थल्ले कदे कोई बल्ले बल्ले कदे तां संभाले सांभे जांदे नोट ना कदे कत्थों हौले ना कमाईआं रहिंदीआं भई सदा नहीं हालात रहिंदे माड़े बंदे दे ते सदा नहीं ओह बंदिआं चढ़ाईआं रहिंदीआं सेवक पौदा होया कबड्डी सामने चार जाफी मोर ते कोर सिंह वाली आ नौजवान इधर करदा होया कुछ लाओ भी इधर सेवक नूं घेरन दी कोशिश करदा नौजवान पॉइंट पर रेडर दे खाते ते लाओ भी आ चलिआ पुच्चो वाला किरपा मां दे पुत दा आरतियां दे सराणे वरगा थापी मारी सजे पत्ते खलारदियां ने बावा ते रोक एक मिनट जी आ रास्ता छड़ दो बीबियां नग लैण दो जी साडियां पैरां मतां पुजियां जी ते इधर कोठियां मिलियां कथुर गईयां ओए हेलो भाई थलड़े दा आ कुड़ियां नूं बेनती लड़कियां टीमां अंदर चल गईयां जो ग्राउंड च कुर्सियां वेलियां कर दो तुहाडा मैच आ तुरंत टीम भेज दो अपने अंदर एंटर अंदर कर दो टीम आरा ते अंग दे भारे ने पलंग रोक लिया सारा अगे लग जाओ जी मां दे पुत्ता पलंग दे पावे ही तुरने सी लाओ भी बुगला फिर चलिया बठिंडे वाला गबरू बठिंडे वाले रफला रखण दे शौकी ए भी पंगे पहला इन लए आ बठिंडे वाला बुगला पावा है कबड्डी लाओ उधर कोर सिंह वाले नौजवान जफा लाउंदा ते पॉइंट फिर जाफी दे खाते दे पिछे निम्मा भोडीपुरे वाला कल कलां ते नथो गईआं टीमां तैयार हो जाण कल कलां ते नथो गए लो भी निमे दी पैंदी होई कबड्डी गोल जिहा दायरा विच दोहां देस दे चल जांदा चाज ते विच खिडारी दिस दे जाइए बलहारे उहदे मारो ताड़ी रख ऐ बाबे दी गल वखरी आ बल्ले बल्ले करवाती जफा ला के हर विखदे भी उमरा मूहरे जोर न चलदा कहिंदे हर गल करदे भी भावे उम्र वड्डी आ पर कबड्डी दे नाल प्यार करदे आ भी आई जवानी हर कोई वेंदा जांदी किसे ना डिठी की मने आ दो बंदिया तेरी ते तू आखर होणा मिट्टी इश्क ने हर दम ताजा रहना ते भावें दाड़ी हो जाए चिट्टी ते भावें दाड़ी हो जाए चिट्टी कबड्डी नूं इश्क करदे इश्क कई तरह दा हुंदा कोई कबूतर रखण दा शौकी आ इश्क करदा है कोई कुक्कड़ रखदा है कोई घोड़ियां रखदा है आ क्रैपा चलिया बठिंडे वाला पुच्चो पिंड वाला इत्थे रखा दीवानी हो गई पुच्चो वालिया तेरी मां दे पुत दा राष्ट्रां दे हलवाणे वरगा ढाडा इत्थे रख ओ घोड़ी वाला ओ तू ना पंगे लै भाई ना ओ ना भाई ओ बस मसले विगड़ जाते हैं राजीनामा कर लो डिब तेरा नहीं रिश्ता क्रैपा गल तेन पता भी पैंती किलो ना पता जे मेरे अर्गे वज जाता दौरा पैके डिग पैना माड़े बंदे झाल नहीं झली
ਉਹਨੂੰ 108 ਨੰਬਰ ਡਾਇਲ ਕਰਨਾ ਪੈਣਾ ਸੀਗਾ ਬਰਨਾਲ ਜੀ ਨਾਲ, ਮੌਕੇ ਦੀ ਸਰਕਾਰ ਦੀ ਦਿੱਤੀ ਸਹੂਲਤਾਂ ਫੜਾ ਥੋੜਾ ਪੈਣਾ ਸੀਗਾ ਜੀ। ਇਹਨਾਂ ਚੀਜ਼ਾਂ ਤੋਂ ਮਹਾਰਾਜ ਬਚਾ ਕੇ ਰੱਖਿਆ। 100 ਰੁਪਿਆ ਬੁਗਲੇ ਨੂੰ ਸਾਡੇ ਬੱਬੀ ਕਲੇਰ ਵੱਲੋਂ ਪਹੁੰਚਿਆ ਜੀ, ਬਹੁਤ ਮਿਹਰਬਾਨੀ, ਧੰਨਵਾਦ ਜੀ। ਹਾਂ ਅਜੇ ਕੁਮਾਰ ਵੱਲੋਂ ਬੁਗਲੇ ਨੂੰ 100 ਰੁਪਿਆ ਏ, ਔਰ 100 ਰੁਪਿਆ ਬੱਬੀ ਕਲੇਰ ਵੱਲੋਂ ਜੀ। ਅਮਨ ਬਰਾੜ ਜੀ ਸਾਡੇ ਵੀਰ ਜਿਨ੍ਹਾਂ ਨੇ ਸਾਰੇ ਕਮੈਟੇਟਰਾਂ ਦੇ ਵੱਡੇ ਮਾਣ ਤੇ ਨੇ, ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਮਾਲਵਾ ਗਰੁੱਪ ਦੇ ਸਰਦਾਰ ਸਾਧੂ ਸਿੰਘ ਸਰਪੰਚ ਦੇ ਪਰਿਵਾਰ ਦਾ ਬਹੁਤ ਵੱਡਾ ਨਾਂ ਹੈ, ਔਰ ਲੰਘਣ ਜੀ ਵਿਸ਼ੇਸ਼ ਤੌਰ ਤੇ ਪੁੱਜੇ ਨੇ। ਆ ਕੋਈ ਗੱਲ ਨਹੀਂ, ਕੋਲੇ ਰੱਖ ਲਓ ਜੀ ਆਪਦੇ ਪੈਸੇ, ਪੈਸੇ ਤੁਸੀਂ ਬਾਅਦ ਵਿੱਚ ਦੇ ਦਿਓ। ਆਏ ਆ ਤਾਰੀ ਪਰ ਅਜਮੇਰ ਆਲਮੀ ਆ, ਫੈਸਲਾ ਕਰੀ ਕਿੱਧਰ ਪੁਆਇੰਟ। ਹਾਂ ਪੁਆਇੰਟ ਲਾਓ ਬਈ, ਆ ਚੱਲਿਆ ਮੇਰੇ ਵਰਗਾ ਨਿੱਕੇ ਜਿਹੇ ਦਾ ਡਰਾ। ਆਮ ਬੰਦੇ ਦੇ 5 ਮੀਟਰ ਨਾਲ ਸਰ ਜਾਂਦਾ, 7 ਮੀਟਰ ਲੱਗਦਾ ਹੋਊ ਇਹਦਾ। ਦਰਸ਼ਕ ਉਹ ਤੁਹਾਡਾ ਭਲਾ ਹੋ ਜੇ ਬਾਈ, ਫੂਲਿਆ ਕੀ ਕਰਨ, ਕੱਲੇ ਕੱਲੇ ਤੋਂ ਸੋਤ ਨਹੀਂ ਆਉਂਦਾ, ਸਾਰਿਆਂ ਨੇ ਫੜਨਾ, ਹੁਣ ਕਰਨ ਕੀ। ਲਓ ਬੁਗਲਾ ਬਠਿੰਡੇ ਵਾਲਾ ਫਿਰ ਨੌਜਵਾਨ ਪਾਉਂਦਾ ਹੋਇਆ ਕਬੱਡੀ, ਕਹਿੰਦੇ ਪਿੱਥੋ ਵਾਲੇ ਦੀ ਦਿੱਤੀ ਨਿਸ਼ਾਨੀ ਪਾ ਕੇ ਗਲ ਵਿੱਚ ਕਾਲੀ ਗਾਨੀ, ਤਾੜੀਆਂ ਮਾਰ ਦੋ ਜੇ ਵਧੀਆ ਮੈਚ, ਮਾਰ ਦੋ ਤਾੜੀਆਂ ਵੀ ਦਰਸ਼ਕ ਵੀਰੋ, ਜ਼ੋਰਦਾਰ ਇੱਕ ਵਾਰੀ, ਇੱਕ ਵਾਰੀ ਪੂਰੀ ਪ੍ਰਬੰਧਕ ਕਮੇਟੀ ਦੇ ਨਾਲ ਜ਼ੋਰਦਾਰ ਤਾੜੀਆਂ ਮਾਰ ਦਿਓ। ਉਧਰੋਂ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਪਰਮਦੀਪ ਸਿੰਘ ਜੀ ਗੱਲ ਸਾਹਿਬ, ਡੀਜੀਪੀ ਸਾਬਕਾ, ਉਹਨਾਂ ਨੂੰ ਵੀ ਜੀਵਾ ਕਹਿੰਦੇ ਆ, ਉਹਨਾਂ ਦੇ ਨਾਲ ਜੋ ਵੀ ਸਾਧੂ ਸਿੰਘ ਜੀ ਗੱਲ ਵੱਲੋਂ ਵੀ ਵੱਡਾ ਮਾਣ ਪਹੁੰਚਿਆ ਜੀ। ਆ ਸਾਡੇ ਵੀਰ ਬੁਗਲੇ ਦੇ ਲਈ 100 ਰੁਪਏ ਦਾ ਮਾਣ ਪਹੁੰਚਿਆ ਜੀ, ਬਹੁਤ ਮਿਹਰਬਾਨੀ ਜੀ। ਮੋਗਾ ਇਸ ਮੁਕਾਬਲੇ ਤੇ ਜੇਤੂ ਆ, ਤਾੜੀਆਂ ਮਾਰ ਦੋ, ਮੋਗਾ ਜੇਤੂ ਆ, 7-15 ਪੁਆਇੰਟ ਮੋਗਾ ਤੇ ਬਠਿੰਡਾ 10। ਵਾਹ ਜੀ ਵਾਹ, ਪਟਾਕੇ ਪੂਰੇ ਪਏ, ਬਹੁਤ ਸੋਹਣਾ ਮੈਚ ਲੱਗਿਆ ਜੀ। ਆ ਨਾਲ ਹੀ ਲੜਕੀਆਂ ਟੀਮਾਂ, ਦੋਨੋਂ ਟੀਮਾਂ ਤਿਆਰ ਹੋ ਕੇ ਗਰਾਊਂਡ ਪਹੁੰਚਣ ਜੀ, ਲੜਕੀਆਂ ਦਾ ਅਗਲਾ ਮੈਚ ਹੋਵੇਗਾ। ਆ ਬੇਨਤੀ ਵੀ ਖਿਡਾਰੀ ਵੀ ਪਹੁੰਚ ਜਾਓ, ਅਜੇ ਸਨਮਾਨ ਜਿਹਨਾਂ ਦਾ ਕਰਨਾ ਹੈ। ਦਿਲਬਾਗ ਜੀ ਮੈਂ ਤਰਪਾ ਲਿਸਟ ਬਣਾ ਲਾ, ਬਿੱਟੂ ਖੜਾ ਏ, ਅਮਨ ਬਰਾੜ ਜੀ ਦਾ ਆਪਾਂ ਸਨਮਾਨ ਕਰਨਾ ਏ। ਹੋਰ ਦੇਖ ਕਿਹੜਾ ਕੀ ਐਂਦਗੜੀਆ ਬਗੀਚਾ ਅਮਰੂ ਜਨੇਤਪੁਰੀ, ਉਹ ਵੀ ਪਹੁੰਚ ਜਾਣ ਸਟੇਜ ਤੇ, ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਐਂਦਗੜੀਆ ਬਗੀਚਾ ਅਮਰੂ ਜਨੇਤਪੁਰੀ ਆ, ਸਾਰਿਆਂ ਦਾ ਆਪਾਂ ਇਕੱਠਾ ਹੀ ਸਨਮਾਨ ਕਰਾਂਗੇ ਖਿਡਾਰੀ ਵੀ ਪਹੁੰਚਣ ਜੀ। ਹੈਲੋ, ਸੁੱਖ ਹਰਦਾਸੇ ਵਾਲਾ ਪਹੁੰਚੇ, ਸੁੱਖ ਹਰਦਾਸਾ, ਪੰਜਾਬ ਦੀਆਂ ਧੀਆਂ ਦੇ ਮੁਕਾਬਲੇ ਨੇ ਖੇਡ ਮੈਦਾਨ ਵਿੱਚ, ਕਿ ਪੁੱਤਾਂ ਵਾਂਗੂ ਜਿੱਦਣਾ ਕਰਦੀਆਂ ਮੂਹਰੇ ਹੋ ਕੇ ਰਹਿਣ ਮਰਦੀਆਂ, ਫੇਰ ਵੀ ਕਹਿੰਦਾ ਕੰਮਾਂ ਹੈ ਨਹੀਂ ਤੇ ਮਾਂ। ਹੈਲੋ, ਬਹੁਤ ਹੀ ਸਤਿਕਾਰਯੋਗ ਸਾਡੇ ਸਾਬਕਾ ਡੀਜੀਪੀ ਪਰਮਜੀਤ ਸਿੰਘ ਗਿੱਲ, ਅਸੀਂ ਦੁਬਾਰਾ ਫਿਰ ਉਹਨਾਂ ਇੱਥੇ ਪਹੁੰਚਣ ਦੇ ਕਲੱਬ ਵੱਲੋਂ, ਦਰਸ਼ਕਾਂ ਵੱਲੋਂ, ਸਭੋ ਸੰਗਤ ਵੱਲੋਂ ਧੰਨਵਾਦ ਕਰਦੇ ਹਾਂ। ਅਤੇ ਮੈਂ ਹੁਣ ਨਿਮਰਤਾ ਸਾਹਿਬ ਤੋਂ ਬੇਨਤੀ ਕਰਦਾ, ਸੰਗਤਾਂ ਦੇ 2 ਮਿੰਟ ਰੂਪ ਰੂਪ ਹੋਣ। ਗਿੱਲ ਸਾਹਿਬ ਜੀ ਆਓ, ਗਿੱਲ ਸਾਹਿਬ 2 ਮਿੰਟ ਟੀਮਾਂ, ਪ੍ਰਸਿੱਧ ਟੀਮ ਹੈ ਇੱਕ ਪਾਸੇ ਮੇਰੇ ਵੀਰ ਮੀਤਾ ਰੌਂਤੇ ਦੀ ਧਰਤੀ ਦਾ, ਜੋ ਲੜਕੇ ਦੀ ਟੀਮ ਲੈ ਕੇ ਆਇਆ ਉਹ ਤੋਂ ਵੀ ਧੰਨਵਾਦ। ਨਾਲ ਮੇਰੇ ਵੀਰ ਕੁਲਵੰਤ ਸਿੰਘ ਔਲਖਾਂ ਵਾਲੇ, ਉਹਨਾਂ ਦਾ ਧੰਨਵਾਦ। ਤੇ ਮੁਕਾਬਲਾ ਸ਼ੁਰੂ ਆ, ਔਲਖਾਂ ਦੀ ਟੀਮ ਚੜ੍ਹਦੇ ਵਾਲੀ ਸਾਈਡ, ਛਿਪਦੇ ਵਾਲੀ ਸਾਈਡ, ਰੌਂਤੇ ਦੀ ਟੀਮ ਆ। ਲਓ ਪੰਜਾਬ ਦੀ ਧੀ ਦੀ ਪਹਿਲੀ ਕਬੱਡੀ ਪੈਂਦੀ ਹੋਈ ਖੇਡ ਮੈਦਾਨ ਦੇ ਵਿੱਚ, ਤੇ ਪਹਿਲਾ ਪੁਆਇੰਟ ਖੇਡ ਮੈਦਾਨ ਵਿੱਚ ਰੌਂਤੇ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ। ਦੂਸਰੇ ਪਾਸੇ ਬੱਬੂ ਪਟਿਆਰ ਖੇਡ ਮੈਦਾਨ ਦੇ ਵਿੱਚ ਵਾਧਦੀ ਹੋਈ, ਕਿ ਪੁੱਤਾਂ ਵਾਂਗੂ ਜਿੱਦਣਾ ਕਰਦੀਆਂ ਮੂਹਰੇ ਹੋ ਕੇ ਰਹਿਣ ਮਰਦੀਆਂ, ਫੇਰ ਵੀ ਕਹਿਣ ਨਿਕੰਮੀਆਂ ਹੈ ਨੀ ਤੇ ਮੈਂ ਝਿੜਕਾ ਖਾਣ ਨੂੰ ਜੰਮੀਆਂ। ਦੂਸਰੇ ਪਾਸੇ ਗੁੱਟ ਫੜ ਕੇ ਰੱਖਣ ਦੀ ਗੱਲ ਕਰਦੀ ਹੋਈ ਪੰਜਾਬ ਦੀ ਮਟਿਆਰ, ਤੇ ਪੁਆਇੰਟ ਨੌਜਵਾਨ ਧਾਵੀ ਮਟਿਆਰ ਦੇ ਖਾਤੇ ਵਿੱਚ ਜੁੜਦਾ ਹੋਇਆ। ਦੂਸਰੇ ਪਾਸੇ ਔਲਖਾਂ ਦੀ ਮਟਿਆਰ ਖੇਡ ਮੈਦਾਨ ਦੇ ਵਿੱਚ ਵਾਧਦੀ ਹੋਈ। ਪਵਨ ਪਵਨ ਨਾਂ ਪੰਜਾਬ ਦੀ ਧੀ, ਜੋਸ਼ ਹੋਸ਼ ਦੇ ਨਾਲ ਕਬੱਡੀ ਪਾਉਂਦੀ ਹੋਈ ਖੇਡ ਮੈਦਾਨ ਵਿੱਚ, ਦੂਸਰੇ ਪਾਸੇ ਖੇਡ ਮੈਦਾਨ ਦੇ ਵਿੱਚ ਸੁੱਕੀ ਮਟਿਆਰ ਪੁਆਇੰਟ ਜੋੜਨ ਦੀ ਪੂਰੀ ਕੋਸ਼ਿਸ਼ ਕਰਦੀ ਹੋਈ, ਪਰ ਕਬੱਡੀ ਸਮੇਂ ਦੀ ਮਹਤਾਜ ਆ, ਪੁਆਇੰਟ ਰੌਂਤੇ ਦੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ। ਦੂਸਰੇ ਪਾਸੇ ਵੀਰਪਾਲ ਮਟਿਆਰ ਵੱਧਦੀ ਹੋਈ ਖੇਡ ਮੈਦਾਨ ਦੇ ਵਿੱਚ। ਸਮੂਹ ਸੰਗਤ ਨੂੰ ਬੇਨਤੀ ਹੈ ਥੋੜ੍ਹੀ ਸਟੇਜ ਆਪਾਂ ਖੁੱਲ੍ਹੀ ਕਰ ਲਈਏ, ਗਿੱਲ ਸਾਹਿਬ ਨੇ ਬੋਲਣਾ, ਪਿਆਰ ਤੇ ਸਤਿਕਾਰ ਮਾਣ ਨਾਲ ਉਹਨਾਂ ਦਾ। ਦੂਸਰੇ ਪਾਸੇ ਸੁਣਗੇ ਆਪਾਂ ਔਰ ਕਰੀਏ, 4 ਮਟਿਆਰਾਂ ਨੇ, ਇੱਕ ਮਟਿਆਰ ਵੱਧ ਕੇ ਕੋਸ਼ਿਸ਼ ਕਰਦੀ ਹੋਈ, ਤੇ ਪੁਆਇੰਟ
अकालसर यूथ क्लब रजिस्टर्ड मोगा दे प्रधान जी और होर मैंबर साहबान इत्थे एकत्र होए कबड्डी दे शौकीन खेड प्रेमी ते मंच ते पधार रहे इलाके दी शख्सियतां। मैनू अज बहुत खुशी हुई इत्थे आके देख के कि हर साल जो ये प्रोग्राम हो रहा है ये वधदा ही जांदा है, चंगे चंगे खिडारी आ रहे हैं और कट भी हर साल वधदा जांदा है। इहदे नाल साफ जाहिर हुंदा है कि इस इलाके दे लोग किन्ना इस खेड नूं पसंद करदे है। ते जो साढ़े प्रधान ते डिप्टी चीफ मिनिस्टर सरदार सुखबीर सिंह बादल ने ऐलान किया है कि वह हर साल खेडां नूं ज़्यादा तवज्जो देणगे और कोशिश करनगे कि हर इलाके दे विच इंटरनेशनल लैवल दे स्टेडियम बने जाण और उन्होंने अगे भी पूरा जोर लगा के कबड्डी नूं इंटरनेशनल मैप दे उत्ते लै आंदा है। सानू उम्मीद है कि खेडां नूं बहुत बढ़ावा मिलेगा और सिर्फ रेक्रिएशन या खेड वास्ते नहीं लेकिन यूथ जिहड़े नौजवान है इन्हां दे वास्ते नौकरियां दा भी प्रबंध किया जाएगा। एक बार फिर मैं एक क्लब दे ऑर्गेनाइजर्स नूं और इस अज दे जिहड़े प्रोग्राम है इन्हां दे प्रबंधकां नूं मुबारक दिंदा है कि उह इन्ना अच्छा उपराला किया। मैनूं कोश पूरी समझ है कि हर साल ये वधदा जाएगा, अच्छा बन जाएगा और स्टेडियम नूं वड्डा किया जाएगा। साढ़े मैनूं होर भी खुशी है ये देख के कि अज दे नौजवान नशियां तो ते गलत आदतों तो दूर होके खेडां दे विच लग गए ने। इहदे वास्ते अपने कौम वास्ते बच्चों वास्ते बहुत ही अच्छा है ते जिन्ना भी असीं इहदे चों वध तों वध कोशिश कर सके हैं वो करांगे। बहुत बहुत मुबारक ते धन्नवाद। बहुत बहुत धन्नवाद जी सत्कारयोग गिल साहब दा सुभाव दे बहुत ही थोड़े समय के कीमती गल्लां कह के सानू समझाईयां। मैनूं पूरी उम्मीद है असीं सारे चलन की कोशिश करांगे आउंदे वरे नूं इहतों वध तों वध कट करके वध तों वध शौक ना वध तों वध वधिया तरीके नाल टूरनामेंट करावांगे। इहनां दा आशीर्वाद साडे नाल है। असीं इहनां दे नाल जो सरबण सिंह जी सिविया प्रवीण गर्ग जी जोगिंदर सिंह गिल जतेंद्र 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 बाल सिंह नाराई बंत सिंह ट्रक वाले सारी टीम का असीं कोटन कोट धन्नवाद करते हैं। दोबारा फिर असीं सब क्लब इत्थे आए पहुँचण दे गिल साहब दे गिल साहब दी टीम ते सारे क्लब वालों सारे दर्शकों वालों जी आए कहिंदे धन्नवाद करते हैं। जतेंद्र पाल जी जे पी एस खन्ना जी वालों कुड़ियां दी जिहड़ी टीम जेतू रहेगी उन्हों 500 रुपये का नगद इनाम दिता जाऊगा। पंजाब दरपाल सिंह जी खन्ना छिंदे बराड कोले है जी 500 रुपया जिहड़ी कुड़ियां दी टीम जितूगी छिंदे बराड तो जे पी एस खन्ना जी वालों 500 रुपये का इनाम दिता गया। 500 रुपए के बड़े मान स्टेज तो बड़े मान किए जा रहे पंजाब दीआं टीमां दे ਘੱਲ ਕਲਾਂ ਤੇ ਨੱਥ ਹੋ ਗਏ ਅਗਲੇ ਮੈਚ ਲਈ ਟੀਮਾਂ ਤਿਆਰ ਹੋ ਜਾਣ ਨਾਲ ਹੀ ਚੂਰ ਚੱਕ ਤੇ ਮਾਲਾ ਕਲਾਂ ਐਂਡਗੜ ਤੇ ਮਾਣੂ ਕੇ ਗੱਲ ਮਲ ਤੇ ਬਹੁਤ ਘੱਲ ਕਲਾਂ ਤੇ ਨੱਥ ਹੋ ਗਏ ਜਲਦੀ ਟੀਮਾਂ ਗਰਾਊਂਡ 'ਚ ਪਹੁੰਚਣ ਘੱਲ ਕਲਾਂ ਤੇ ਨੱਥ ਹੋ ਗਏ ਘੱਲ ਕਲਾਂ ਤੇ ਨੱਥ ਹੋ ਗਏ ਤੀਸਰਾ ਪਰਲ ਵਰਲਡ ਕਬੱਡੀ ਕੱਪ ਖੇਡਿਆ ਗਿਆ ਢੁੱਡੀ ਕੇ ਦੇ ਖੇਡ ਮੈਦਾਨ ਦੂਸਰੇ ਪਰਲ ਵਰਲਡ ਕਬੱਡੀ ਕੱਪ ਦੇ ਗੱਲਾਂ ਹੋਈਆਂ ਪੰਜਾਬ ਸਰਕਾਰ ਨੇ ਵੱਡੇ ਮਾਣ ਦਿੱਤੇ ਸਾਡੇ ਬਹੁਤ ਸਤਿਕਾਰਯੋਗ ਸਾਬਕਾ ਡੀ ਜੀ ਪੀ ਪਰਮਜੀਤ ਸਿੰਘ ਜੀ ਗਿੱਲ ਪੁੱਜੇ ਹੋਏ ਆ ਉਹਨਾਂ ਦੇ ਨਾਲ ਨੌਰਥ ਅਫਰੀਕਾ ਦੇ ਜਨਰਲ ਸਕੱਤਰ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਦਵਿੰਦਰ ਰਣੀਆ ਜੀ ਉਹ ਵੀ ਪੁੱਜੇ ਹੋਏ ਨੇ ਜਦੋਂ ਦੂਸਰਾ ਪਰਲ ਵਰਲਡ ਕਬੱਡੀ ਕੱਪ ਖੇਡੇਗਾ ਢੁੱਡੀ ਕੇ ਦੀ ਧਰਤੀ ਤੇ ਵੱਡੇ ਮਾਣ ਦਿੱਤੇ ਇਹਨਾਂ ਸੱਜਣਾਂ ਨੇ ਮਾਖੜ ਕਬੱਡੀ ਨੂੰ ਨਾਲ ਪੰਜਾਬ ਸਰਕਾਰ ਨੇ ਨਛੱਤਰ ਸਿੰਘ ਜੀ ਪੱਪੀ ਗੁਲਫਾਮ ਕਾਰ ਬਾਜ਼ਾਰ ਵਾਲਿਆਂ ਨੂੰ ਪੰਜਾਬ ਦੀਆਂ ਧੀਆਂ ਦੇ 55,000 ਦੇ ਹੀਰੋ ਕੰਪਨੀ ਦੇ ਮੋਟਰਸਾਈਕਲ ਦੇ ਨਾਲ ਵੱਡਾ ਮਾਣ ਕੀਤਾ ਗਿਆ। ਵੱਡੇ ਉੱਦਮ ਸੀ ਪੰਜਾਬ ਸਰਕਾਰ ਦੇ ਸਾਡੇ ਸੁਖਬੀਰ ਸਿੰਘ ਜੀ ਬਾਦਲ ਹੋਣਾ ਦੇ ਦੂਸਰੇ ਪਾਸੇ ਖੇਡ ਮੈਦਾਨ ਦੇ ਵਿੱਚ ਇੱਕ ਵਾਰੀ ਮੈਚ ਚੰਗਾ ਲੱਗਾ ਕੈਮਰੇ ਵਾਲੇ ਵੀਰ ਨੂੰ ਫੋਟੋਗ੍ਰਾਫਰ ਜੀ ਦੋਵਾਂ ਟੀਮਾਂ ਦੇ ਫੋਟੋਗ੍ਰਾਫਰ ਸਟੇਜ ਤੇ ਪਹੁੰਚੇ ਘੱਲ ਕਲਾਂ ਤੇ ਨੱਥੋਗੇ ਘੱਲ ਕਲਾਂ ਤੇ ਨੱਥੋਗੇ ਦੋਵੇਂ ਟੀਮਾਂ ਖੇਡ ਮੈਦਾਨ ਵਿੱਚ ਪੁੱਜਣਾ
दसी भी लेखे जो के टीम जीती है लड़कियों का जो मुकाबला होया फीड फैक्टरी वाले जी अग्रवाल फीड फैक्टरी लड़कियों का जो मुकाबला होया गिल साहब सरदार परमदीप सिंह जी गिल सबका डीजीपी उन्होंने मान सम्मान कर रहे हैं रौते दे पॉइंट ने बिंदर सिंह गिल सोनू सूद जी रौते दे पॉइंट ने 12.5 साढ़े रैफरी वीर खेड मैदान पुजन साढ़े ऑफिशियल वीर बेनती है निम्मा भोटी पुरे वाला वह भी खेड मैदान पुजे क्योंकि एक एक लैंड मैन लाना मुकाबले बहुत ही रोचक है नथुक पिंड से घल कला नथुक ने टीम पुजे ग्राउंड में मूव स्प्रे पूजती करते वीर टीम पूजे बलवंत सिंह जी सरदार ठाणा सिंह जी नथोगे की टीम खेड मैदान में पूजे ढलकण की टीम पुज गई है ग्राउंड में मूव स्प्रे पूजती कर दो वीर बहुत बहुत धन्यवाद होगा बंटी डाले पिंड का कबाल मधुगे पिंड का वह भी वीर खेड मैदान में पुजन नथो की टीम को आखिरी कॉल आ नथोगे पिंड ग्राउंड में मूव स्प्रे पूजती करो समुची ऑर्गेनाइज प्रबंध कमेटी का वे धन्यवाद वे माण बख्श जा रहे हैं स्टेज तो सारे सजना के और साडे साथी कमेंटर भाई दरबार बराज जी गजन वाला उन्होंने भी विशेष सम्मानता जा रही एल सी डी देखी और साडे भी चंदा वाले वालों बहुत धन्यवाद जी राजू चंद टैनी कनेडा प्रीतम सिंह पुजा हरजीत कनेडा कलविंदर कनेडा राज डेयरी वाला इन्होंने विशेष सम्मानता जा रही टैनी कनेडा और राज डेयरी वाला साडे पुजे ने सारे बिना धन्यवाद हो जी अगे जी दिलबाग बराड़ जी का एल सी डी देख के बड़ा माण किया जा रहा है कबड्डी के मां खेड कबड्डी के बुलारे सो जिते कबड्डी के खिलाड़ियों का मान था उत्थे कमेंटेटर का माण किए जाते एक मिनट जी आ सिंगा के शर्मे दे दे बैक बहुत बहुत दिलबाग में देना एक मैच लाना शर्मे एक मैच ला ग्राउंड में कोई गल नहीं स्प्रे पूजती कर दो वीर कुलदीप सिंह वालका भी पूजी आप दोवे बाकी कबड्डी की बार पावे मेरे वीर खेड मैदान ग्राउंड में मूव स्प्रे पूजती कर दो वीर प्रबंधक वीर बेनती है हाँ जी विशेष सम्मान दे रहे साडे वीर दिलबाग बराड़ जी प्रसिद्ध कबड्डी के बुला रहे ऐतकी वे इन्हें कनेडा की कमै ग्राउंड कमेंटरी करनी है साडे वीर ने दिलबाग बराड़ ने भी परमात्मा की कृपा हुई है सो साडे भी चंदा वाले पुजे ने सारे वीर इन्होंने विशेष सम्मानता हुई कनेडा की धरती से कमेंटरी करता ऐतकी वे दर्शनों इन भी साढ़े भी दिलबाग ने भी सदा पत्र पहुंचा है आ लड़कियों का जोड़ा शो मैच कराया जिसे रौते टीम फर्स्ट रौता फर्स्ट हाँ जी हाँ जी और मानक चंदा वाला भी स्टेज पर पहुंचे जी मानक कबड्डी खिलाड़ी और पहला नाम जरा द्रौते टीम के आए लड़कियों का शो मैच देखा जिते पंजाब के गभरुआ की कबड्डी का आनंद माणिया उसे लड़कियों ने भी बहुत सोना करता अपना खेल का मुजहरा किया आज जी दूजा नाम अलख फरीदकोट कबड्डी कोच साडा वीर कुलवंत सिंह जी मीता कबड्डी खिलाड़ी साडा वीर
ਰੌਤੇ ਵਾਲਾ ਟੀਮ ਲੈ ਕੇ ਪੁੱਜਿਆ ਜੀ। ਸਾਰੇ ਵੀਰਾਂ ਦਾ ਬਹੁਤ ਧੰਨਵਾਦ ਜੀ। ਮੀਤਾ ਰੌਤਾ, ਹਾਂਜੀ ਹਾਂਜੀ ਖੇਡ ਭਾਗ ਔਰ ਦੂਸਰਾ ਨਾਮ ਜਿਹੜਾ ਲੜਕੀਆਂ ਦਾ ਸਾਡੇ ਵੀਰ ਕਬੱਡੀ ਕੋਚ, ਹਾਂਜੀ ਹਾਂਜੀ ਹਾਂ ਲੜਕੀਆਂ ਨੂੰ ਬੇਨਤੀ ਵੀ ਇਨਾਮ ਲੈ ਲਓ ਜੀ। ਕਲੇਰ ਸਾਹਿਬ ਇੱਕੋ ਮਿੰਟ ਰੁਕ ਜਾਓ ਜੀ। ਹਾਂਜੀ ਪਾਲੀ ਮੋਗੇ ਵਾਲਾ ਆਪਣੀ ਟੀਮ ਨਾਲ ਆ ਕੇ ਸੰਪਰਕ ਕਰੇ ਪਾਲੀ ਮੋਗੇ ਵਾਲਾ। ਹਾਂਜੀ ਹਾਂਜੀ ਸਾਢੇ ਦਸ ਤੇ ਗਿਆਰਾਂ ਰੇਸ਼ਮ ਫੂਲੇ ਵਾਲਾ ਬਾਈ ਜੀ ਆਓ ਲਾਈਨਮੈਨ ਤੇ। ਰੇਸ਼ਮ ਫੂਲੇ ਵਾਲਾ ਆਓ ਮੈਚ ਜਿਹੜਾ ਖੇਡ ਮੈਦਾਨ ਦੇ ਵਿਚਕਾਰ ਇਸ ਸਮੇਂ ਖੇਡਿਆ ਜਾ ਰਿਹਾ ਹੈ। ਦੇਖਦੇ ਵੀ ਜਿਲ੍ਹੇ ਬਰਨਾਲੇ ਦਾ ਅਲਕੜਾ ਪਿੰਡ ਹੈ ਦੌਲੀ ਨਾਮ ਹੈ। ਨੌਜਵਾਨ ਇਸ ਸਮੇਂ ਕਹਿੰਦੇ ਵੀ ਕਬੱਡੀ ਪਾ ਰਿਹਾ ਹੈ ਪਰ ਦੂਸਰੇ ਪਾਸੇ ਨੌਜਵਾਨ ਯਾਫੀ ਕਹਿੰਦੇ ਕੌਣ ਹੈ, ਕਹਿੰਦੇ ਵੀ ਸਾਧੂ ਸਿੰਘ ਬਰਾੜ ਦੀ ਟੀਮ ਲਈ ਖੇਡਦਾ ਹੈ। ਸੋਨੂ ਨੱਥੋ ਕੇ ਪਿੰਡਦਾ ਇਸ ਸਮੇਂ ਲਾਉਂਦਾ ਜਫਾ ਪਰ ਦੇਖਦੇ ਵੀ ਫੈਸਲਾ ਕੀ ਹੋਵੇਗਾ ਦੌਲੀ ਅਲਕੜੇ ਵਾਲਾ ਔਰ ਦੂਸਰੇ ਪਾਸੇ ਸੋਨੂ ਨੱਥੋ ਕੇ ਪਿੰਡਦਾ। ਲੋਕ ਕਹਿੰਦੇ ਦੌਲੀ ਇਸ ਸਮੇਂ ਪੁਆਇੰਟ ਜਿਹੜਾ ਪਹਿਲਾਂ ਡੇਢ ਪੁਆਇੰਟ ਜਿਹੜਾ ਇਧਰ ਘਾਲਕਲਾ ਦੀ ਟੀਮ ਦੇ ਲਈ ਜੋੜ ਚੁੱਕਿਆ ਹੈ। ਦੇਖਦੇ ਵੀ ਯਾਰ ਨੌਜਵਾਨ ਨੇ ਕਹਿੰਦੇ ਦੌਲੀ ਸੀਜ਼ਨ ਦੇ ਚਾਰ ਮੋਟਰਸਾਈਕਲ ਜਿੱਤੇ ਹੈ ਪਰ ਦੂਸਰੇ ਪਾਸੇ ਨੌਜਵਾਨ ਗੱਭਰੂ ਕਹਿੰਦੇ ਜਗਮੀਤ ਸਿੰਘ ਗਿੱਲ ਪਰਿਵਾਰ ਦਾ ਦੁਨੀਆ ਭੀਮ ਦੇ ਨਾਂ ਨਾਲ ਜਾਣਦੀ ਹੈ ਇਸ ਸਮੇਂ ਕਬੱਡੀ ਪਾਉਂਦਾ ਹੋਇਆ। ਸਟੇਜ ਦੇ ਸੱਜੇ ਪਾਸੇ ਜਿਹੜੇ ਦਰਸ਼ਕ ਵੀਰ ਸਟੇਜ ਦੇ ਸੱਜੇ ਪਾਸੇ ਸਟੇਜ ਦੇ ਉੱਪਰ ਖੜੇ ਆ, ਪਿੱਛੇ ਹੋ ਕੇ ਬਹਿ ਜਾਓ ਮੇਰਾ ਵੀਰ। ਇਧਰਲੇ ਬੰਨੇ ਪੁਆਇੰਟ ਜਿਹੜਾ ਇਸ ਸਾਲ 22 ਨਵੰਬਰ ਨੂੰ ਸਰਦਾਰ ਮਿੱਕੀ ਗਿੱਲ ਜੀ ਵੱਲੋਂ 22 ਨਵੰਬਰ ਨੂੰ ਇਸੇ ਤਰ੍ਹਾਂ ਕਬੱਡੀ ਟੂਰਨਾਮੈਂਟ ਕਰਵਾਇਆ ਜਾਇਆ ਕਰੂਗਾ। ਨਿਰਮਲ ਲੱਗਿਆਣਾ, ਨਿਰਮਲ ਨਿਰਮਲ ਲੱਗਿਆਣਾ, 22 ਨਵੰਬਰ ਨੂੰ ਡਾਕਟਰ ਮਿੱਕੀ ਗਿੱਲ ਵੱਲੋਂ ਨਿਰਮਲ ਲੱਗਿਆਣਾ। ਮਾਨਕ ਚੰਦਨਾਮਾ ਲਿਖ ਲਓ ਮੇਰੇ ਵੀਰ। ਬਹੁਤ ਹੀ ਖੁਸ਼ੀ ਦੀ ਗੱਲ ਹੈ ਔਰ ਜੋ ਆਉਣ ਵਾਲੇ 22 ਦਸੰਬਰ ਨੂੰ ਇਸੇ ਗਰਾਊਂਡ ਵਿੱਚ ਦਰਬਾਰ ਜੀ ਆਪਾਂ ਫਿਰ ਟੂਰਨਾਮੈਂਟ ਦੇਖਾਂਗੇ। ਡਾਕਟਰ ਮਿੱਕੀ ਗਿੱਲ ਜੀ ਹੁਣ ਵੱਲੋਂ ਵੱਡਾ ਖੇਡ ਮੇਲਾ ਜਨਰਲ ਫੌਜ ਜਨਰਲ ਹਸਪਤਾਲ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਵਿੱਚ ਇਸ ਪਰਿਵਾਰ ਦਾ ਬਹੁਤ ਵੱਡਾ ਨਾਂ ਹੈ। ਇਹ ਕਹਿੰਦੇ ਵੀ ਆਉਣ ਵਾਲੀ 22 ਨਵੰਬਰ ਨੂੰ ਜਿਹੜਾ ਇਸੇ ਖੇਡ ਦੇ ਗਰਾਊਂਡ ਦੇ ਵਿੱਚ ਆਪਾਂ ਕਬੱਡੀ ਦਾ ਫਿਰ ਮੁਕਾਬਲੇ ਕਰਾਵਾਂਗੇ। ਸੋ ਉਦੋਂ ਆਪਾਂ ਚਰਚਾ ਵੱਧ ਚੜ੍ਹ ਕੇ ਸਾਰਿਆਂ ਨੇ ਫਿਰ ਸਹਿਯੋਗ ਦੇਣਾ, ਅਸੀਂ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਮਿੱਕੀ ਗਿੱਲ ਜੀ। ਰੱਸਾ ਕੱਸੀ ਦੇ ਮੁਕਾਬਲੇ ਕਰਾਵਾਂਗੇ, ਕਬੱਡੀ ਦੇ ਮੁਕਾਬਲੇ ਹੋਣਗੇ ਅਗਲੇ ਸਾਲ ਤੋਂ ਇਸੇ ਗਰਾਊਂਡ ਵਿੱਚ। ਸੋ ਆਪਾਂ ਵੱਧ ਚੜ੍ਹ ਕੇ ਸਾਰਿਆਂ ਨੇ ਸਹਿਯੋਗ ਦੇਣਾ। ਹਾਂਜੀ ਸਾਧ ਸੰਗਤ ਜੀ, ਅਗਲੇ ਸਾਲ ਤੋਂ ਇਸ ਕਬੱਡੀ ਟੂਰਨਾਮੈਂਟ ਦੇ ਨਾਲ ਰੱਸਾ ਕੱਸੀ ਦੇ ਮੁਕਾਬਲੇ ਵੀ ਹੋਣਗੇ। ਸਾਹਿਬ ਪਰਮਦੀਪ ਸਿੰਘ ਜੀ ਗਿੱਲ ਸਾਬਕਾ DGP ਪੰਜਾਬ ਉਸ ਵਿੱਚ ਖਾਸ ਦਿਲਚਸਪੀ ਰੱਖ ਰਹੇ ਨੇ ਰੱਸਾ ਕੱਸੀ ਦੇ ਮੁਕਾਬਲਿਆਂ ਵਿੱਚ ਅਤੇ ਬੜੇ ਹੀ ਵਧੀਆ ਇਨਾਮ ਉਹਨਾਂ ਵੱਲੋਂ ਦਿੱਤੇ ਜਾਇਆ ਕਰਨਗੇ। ਅਗਲੇ ਸਾਲ ਤੋਂ ਕਬੱਡੀ ਟੂਰਨਾਮੈਂਟ ਨਾਲ ਰੱਸਾ ਕੱਸੀ ਦੀਆਂ ਟੀਮਾਂ ਵੀ ਤਿਆਰ ਰਹਿਣ। ਬਹੁਤ ਬਹੁਤ ਧੰਨਵਾਦ। ਮਾਈਕ ਸਟੇਟ ਸੈਕਟਰੀ ਸਾਹਿਬ
ਨਾ ਇਸ ਸਮੇਂ ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਹੈ। ਇਧਰਲੇ ਬੰਨੇ ਦੇਖ ਰਹੇ ਵੀ ਪੁਆਇੰਟ ਜਿਹੜਾ ਨੌਜਵਾਨ ਭਾਬੀ ਦੇ ਹਿੱਸੇ ਜੁੜਦਾ ਹੋਇਆ ਚੱਲ ਵੀ ਨੌਜਵਾਨ ਭਾਬੀ ਕਬੱਡੀ ਇਸ ਵੇਲੇ ਦੇਖ ਰਹੇ ਵੀ ਦੌਲੀ ਅਲਕੜੇ ਪਿੰਡ ਦਾ ਗੱਭਰੂ ਧਲਕੜਾਂ ਦੀ ਟੀਮ ਵੱਲੋਂ ਵੱਧ ਕੇ ਕਬੱਡੀ ਪਾ ਰਿਹਾ ਹੈ। ਚਾਰ ਜਾਫੀ ਕਹਿੰਦੇ ਨੱਥੋ ਕੇ ਪਿੰਡ ਹੈ, ਲੋ ਉਧਰ ਧਾਰੀ ਵਰਗੇ ਦੇਖਦੇ ਵੀ ਨੌਜਵਾਨ ਸਾਹਮਣੇ ਸੋਨੂੰ ਨੱਥੋ ਕੇ ਪਿੰਡ ਦਾ ਹੈ, ਪਰ ਵੇਖਾਂਗੇ ਵੀ ਕੌਣ ਗੱਭਰੂ ਜੱਫਾ ਲਾਵੇਗਾ। ਇਸ ਸਮੇਂ ਕੀਤਾ ਹੋਇਆ ਹਲਕਾ ਜਿਹਾ ਟੱਚ ਹੈ ਤੇ ਨੌਜਵਾਨ ਭੱਜਦਾ ਹੈ। ਇਸ ਸਮੇਂ ਪੁਆਇੰਟ ਜਿਹੜਾ ਨੌਜਵਾਨ ਧਾਬੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਮੂਵ ਸਪਰੇ ਕਿਰਪਾ ਕਰਕੇ ਖੇਡ ਮੈਦਾਨ ਦੇ ਵਿੱਚ ਪੁੱਜਦੀ ਕਰ ਦਿੱਤੀ ਜਾਵੇ। ਇਧਰਲੇ ਬੰਨੇ ਕਹਿੰਦੇ ਇਕਬਾਲ ਸਿੰਘ ਮਾਰੂ ਕੇ ਗਿੱਲ ਪਿੰਡ ਹੈ ਨੌਜਵਾਨ ਗੱਭਰੂ ਦਾ, ਇਸ ਸਮੇਂ ਕਬੱਡੀ ਪਾ ਰਿਹਾ ਹੈ। ਇਹ ਕਹਿੰਦੇ ਇਕਬਾਲ ਰੂਪੀ ਹਰਖੋਵਾਲ ਪਿੰਡ ਦਾ, ਪਰ ਇਸ ਸਮੇਂ ਪੈਦੀ ਹੋਈ ਕਬੱਡੀ ਤੇ ਸੋਨੂੰ ਇਧਰਲੇ ਬੰਨੇ ਸੋਨਾ ਨੌਜਵਾਨ ਘਲਕਲਾ ਪਿੰਡ ਦਾ ਤੇ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ, ਪੁਆਇੰਟ ਘਲਕਲਾ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜ ਚੁੱਕੇ ਹੈ। ਤੁਸੀਂ ਧਿਆਨ ਦੇਵੋ, ਹੈਲੋ ਸਿਕਿਉਰਿਟੀ ਵਾਲਾ ਵੀਰ ਜਿਹੜਾ ਤੂੰ ਤੇ ਕੋਲੇ ਕੁਰਸੀ ਤੇ ਬੈਠਾ, ਬੇਨਤੀ ਕੀਤੀ ਜਾਂਦੀ ਹੈ ਸਿਕਿਉਰਿਟੀ ਵਾਲੇ ਵੀਰ ਨੂੰ ਗਰਾਊਂਡ ਦੇ ਵਿੱਚ ਬੈਠਾ ਉੱਠ ਕੇ ਸਟੇਜ ਦੇ ਕੋਲੇ ਆ ਜਾਵੇ। ਮੂਵ ਸਪਰੇ ਕਿਰਪਾ ਕਰਕੇ ਖੇਡ ਮੈਦਾਨ ਦੇ ਵਿੱਚ ਪੁੱਜਦੀ ਕਰ ਦਿੱਤੀ ਜਾਵੇ। ਲਓ ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਹੈ। ਪੁਆਇੰਟ ਜਿਹੜਾ ਇਸ ਸਮੇਂ ਨੌਜਵਾਨ ਧਾਬੀ ਦੇ ਹਿੱਸੇ ਜੁੜਦਾ ਹੋਇਆ, ਚੱਲ ਵੀ ਗੱਭਰੂ ਭਾਬੀ ਕਬੱਡੀ। ਇਸ ਸਮੇਂ ਜਗਮੀਤ ਸਿੰਘ ਗਿੱਲ ਪਰਿਵਾਰ ਦਾ ਮੁੰਡਾ ਕਹਿੰਦਾ ਕੁੜੀਆਂ ਭੀਮ ਦੇ ਨਾਂ ਨਾਲ ਜਾਣਦੀ ਹੈ, ਕਨੇਡਾ ਦੇ ਖੇਡ ਮੈਦਾਨਾਂ ਵਿੱਚ ਸੋਹਣਾ ਖੇਡਿਆ। ਇਸ ਸਮੇਂ ਵੇਖਦੇ ਵੀ ਸਾਧੂ ਸਿੰਘ ਬਰਾੜ ਦੀ ਟੀਮ ਲਈ ਖੇਡਦਾ ਹੈ, ਪਰ ਅੱਜ ਨੱਥੋ ਕੇ ਪਿੰਡ ਵੱਲੋਂ ਬੋਲਦਾ ਹੋਇਆ ਧਾਬਾ। ਇਧਰਲੇ ਬੜੇ ਚਾਰ ਜਾਫੀ ਹੈ। ਲਓ ਅਮਨਦੀਪ ਸਿੰਘ ਆਪੂ ਕਹਿੰਦੇ ਵੀ ਨੌਜਵਾਨ ਸਰਦਾਰ ਕਰਮ ਸਿੰਘ ਦਾ ਸਪੁੱਤਰ ਕਰਦਾ ਹੋਇਆ ਦੋ ਹੱਥ, ਦੇਖਦੇ ਵੀ ਇਸ ਸਮੇਂ ਫੈਸਲਾ ਕੀ ਹੋਵੇਗਾ। ਲਓ ਆਪੂ ਘੱਲਾ ਵਾਲਾ ਤੇ ਪੁਆਇੰਟ ਜਿਹੜਾ ਨੌਜਵਾਨ ਭੀਮ ਮਾਰੂ ਕੇ ਗਿੱਲਾ ਵਾਲਾ, ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਵੀ ਦੌਲੀ। ਇਸ ਸਮੇਂ ਅਲਕੜੇ ਪਿੰਡ ਦਾ ਗੱਭਰੂ ਕਬੱਡੀ ਪਾਉਂਦਾ ਹੋਇਆ, ਉਧਰ ਖਿਡਾਰੀਆਂ ਦੇ ਮਾਨ ਸਨਮਾਨ ਵੀ ਕੀਤੇ ਜਾ ਰਹੇ ਹੈ। ਲਓ ਭਾਈ ਦੀ ਕਬੱਡੀ ਹੈ ਖੇਡ ਮੈਦਾਨ ਦੇ ਵਿੱਚ। ਹਾਂਜੀ ਚੁਰੰਜਾ ਕਿਲੋ ਵਾਲਾ ਜੀ ਆ ਜਾਓ ਜੀ, ਉਹਦਾ ਨਾਮ ਲਓ ਚੁਰੰਜਾ ਕਿਲੋ ਵਾਲੇ ਬੱਬੀ ਗਰੇਟੀ ਹੋਈ ਰੇਡੋ ਕੰਮ ਜੀ ਮੁੰਡਿਆਂ ਨੇ ਜਾਣਾ ਹੈ। ਚੁਰੰਜਾ ਕਿਲੋ ਵਾਲੇ ਨੂੰ ਨਾਮ ਦਿਓ, ਫਸਟ ਸੈਕਿੰਡ ਜਿਹੜੀਆਂ ਟੀਮਾਂ ਆਪਣੇ ਪਿੰਡ ਦੀ, ਇੱਕ ਤਾਂ ਆਪਣੇ ਸ਼ਹਿਰ ਦੀ ਟੀਮ ਹੈ। ਚੱਲ ਵੀ ਭਾਵੀ ਨੌਜਵਾਨ ਕਬੱਡੀ, ਇਧਰਲੇ ਬੜੇ ਵੇਖਦੇ ਵੀ ਪੈਂਦੀ ਹੋਈ ਕਬੱਡੀ ਹੈ। ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਇਕਬਾਲ ਮਾਰੂ ਕੇ ਗਿੱਲ ਪਿੰਡ ਦਾ, ਪਰ ਇਸ ਸਮੇਂ ਵੇਖਦੇ ਵੀ ਲੰਘੇ ਵਾਲੇ ਪਿੰਡ ਦਾ ਗੁਰਜੀਤ ਨਾਲ ਫੂਲੇ ਵਾਲੇ ਪਿੰਡ ਦਾ ਰੇਸ਼ਮ, ਫੈਸਲਾ ਜਿਹੜਾ ਵੀ ਪੁਆਇੰਟ ਜਿਹੜਾ ਨੌਜਵਾਨ ਧਾਬੀ ਦਾ ਹੈ, ਪੁਆਇੰਟ ਜਿਹੜਾ ਇਸ ਸਮੇਂ ਇਕਬਾਲ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ। ਲਓ ਹਰਦਾਸਾ ਪਿੰਡ ਕਹਿੰਦੇ ਹਰਦਿਆਲ ਦਾ ਪਿੰਡ ਹੈ, ਸਾਧੂ ਸਿੰਘ ਦੇ ਦੋ ਸਪੁੱਤਰ ਕਬੱਡੀ ਖੇਡਦੇ ਹੈ। ਇਸ ਸਮੇਂ ਸੁੱਖ ਹਰਦਾਸੇ ਦੀ ਧਰਤੀ ਦਾ ਨੌਜਵਾਨ ਗੱਭਰੂ ਕਬੱਡੀ ਪਾਉਂਦਾ ਹੋਇਆ, ਚਾਰ ਜਾਫੀ ਨੇ ਦੇਖਦੇ ਵੀ ਸਾਹਮਣੇ ਕੀਤੀ ਹੋਈ ਕੋਸ਼ਿਸ਼ ਹੈ। ਗੱਭਰੂ ਇਸ ਸਮੇਂ ਪਾਉਂਦਾ ਕਬੱਡੀ, ਲੈ ਵੀ ਹਰਮਨਦੀਪ ਕਾਲੇ ਇਧਰਲੇ ਬੰਨੇ ਵੇਖਦੇ ਹੈ ਵੀ ਪੁਆਇੰਟ ਕਿਸ ਗੱਭਰੂ ਦੇ ਹਿੱਸੇ ਜੁੜੇਗਾ। ਸੋਨੂੰ ਨੱਥੋ ਕੇ ਪਿੰਡ ਦਾ ਨੌਜਵਾਨ ਇਸ ਸਮੇਂ ਪੂਰੀ ਕੋਸ਼ਿਸ਼ ਕਰਦਾ ਹੋਇਆ, ਪਰ ਵੇਖਦੇ ਵੀ ਸੁੱਖ ਇਸ ਸਮੇਂ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ। ਚੱਲ ਵੀ ਜਵਾਨਾ ਭਾਬੀ ਕਬੱਡੀ, ਕੀ ਖਾਧੀਆਂ ਖੁਰਾਕਾਂ ਅਸੀਂ ਮਾਰੀਆਂ ਨੇ ਮੱਲਾਂ, ਹੱਟੀ ਭੱਠੀ ਮੋੜਾਂ ਉੱਤੇ ਹੁੰਦੀਆਂ ਨੇ ਗੱਲਾਂ, ਸਦਾ ਲਈ ਤੁਰਦੇ ਹਾਂ ਰਾਹ ਸੱਚ ਦੇ, ਐਵੇਂ ਨਹੀਂ ਉਹ ਜਾਗੇ ਉੱਤੇ ਮਿੱਤਰਾਂ ਦਾ ਨਾਂ, ਖੇਡਣਾ ਕਬੱਡੀ ਅਸੀਂ ਸ਼ੌਕ ਰੱਖਦੇ। ਚਮਕੌਰ ਸਿੰਘ ਜੀ ਕੌਰਾ ਵੀ ਸਨਮਾਨ ਚ ਲੈਣ ਜੀ ਆ ਕੇ ਸਟੇਜ ਤੋਂ, ਚਮਕੌਰ ਸਿੰਘ ਕੌਰਾ ਇਹਨਾਂ ਨੇ ਵੀ ਸਾਨੂੰ ਬਹੁਤ ਵੱਡਾ ਮਾਣ 11 ਸਭੇਤਾ ਜੀ, ਬਹੁਤ ਧੰਨਵਾਦ ਜੀ। ਸੋ ਕਬੱਡੀ ਚੁਰੰਜਾ ਕਿਲੋ ਵਰਗ ਚ ਆਪਣੇ ਅਕਾਲ ਸਿੰਘ ਦੀ ਟੀਮ ਜਿਹੜੀ ਗੁਰਦੁਆਰਾ ਅਕਾਲ ਸਰ ਮੋਗਾ ਦੀ ਟੀਮ ਜਿਹੜੀ ਫਸਟ ਆਈ ਹੈ, ਮੁਬਾਰਕਬਾਦ ਦਾ ਪਹਿਲਾ ਨਾਮ 4100 ਤੇ ਦੂਜਾ 3100 ਜਿਹੜਾ 3100 ਰੁਪਇਆ ਪਲੱਸ ਟਰਾਫੀ ਉਹ ਸਿੰਘ ਵਾਲੀ ਟੀਮ ਜਿਹੜੀ ਹੈ ਉਸ ਦੂਜੇ ਨੰਬਰ ਤੇ ਰਹੀ ਹੈ। ਦੋਨੋਂ ਟੀਮਾਂ ਸਨਮਾਨ ਚ ਲੈ ਰਹੀਆਂ, ਪੈਸੇ ਲੈ ਰਹੀਆਂ, ਨਗਦ ਰਾਸ਼ੀ। ਆਓ ਜੀ ਸਿੰਘ ਵਾਲੀ ਆ ਜਾਓ, ਦੂਜਾ ਨਾਮ ਸਿੰਘ ਵਾਲੀ ਟੀਮ ਦੇ ਹਿੱਸੇ ਆਇਆ ਜੀ, ਬਹੁਤ ਵਧੀਆ ਮੈਚ ਹੈ ਜੀ। ਚੱਲ ਵੀ ਕਬੱਡੀ ਜਿੱਤ ਗਈ ਜੀ, ਕੀ ਲਾ ਕੇ ਯਾਰ ਉਹ ਮਿਹਨਤ ਸੋਨੇ ਸਰੀਰ ਘੁਮਾਏ ਨੇ, ਵਿੱਚ ਗਰਾਊਂਡ ਦੇ ਖੇਡਣ ਗੱਭਰੂ ਕੌਡੀ ਆਏ ਨੇ, ਤੇ ਗੱਲ ਕਰਨੀ ਹੈ ਪੈਂਦੀ ਇਹਨਾਂ ਹਾਜ਼ਰ ਜਵਾਬੀਆਂ ਦੀ, ਤੂੰ ਖੜ ਕੇ ਦੇਖ ਜਵਾਨਾਂ ਪੈਂਦੀ ਵੇੜ ਪੰਜਾਬੀਆਂ ਦੀ, ਖੜ ਕੇ ਦੇਖ ਜਵਾਨਾਂ ਕੌਡੀ ਖੇਡ ਪੰਜਾਬੀਆਂ ਦੀ। ਅਗਲਾ ਮੈਚ ਚੂਰ ਚੱਕ ਦੇ ਬਾਹਰਲੇ ਕਲਾਂ ਦੀਆਂ ਟੀਮਾਂ ਦਾ ਖੇਡਿਆ ਜਾਣਾ ਹੈ, ਉਹ ਮੈਚ ਵੀ ਬੜਾ ਤਕੜਾ ਹੋਵੇਗਾ। ਇਧਰਲੇ ਬੰਨੇ ਵੇਖਦੇ ਵੀ ਨੌਜਵਾਨ ਗੱਭਰੂ ਸੁੱਖ ਹਰਦਾਸੇ ਦੀ ਧਰਤੀ ਦਾ ਗੱਭਰੂ ਕਬੱਡੀ ਪਾਉਂਦਾ ਹੋਇਆ, ਕਹਿੰਦਾ ਵੀ ਮੱਖਣ ਟੀਪੀ ਦੀ ਟੀਮ ਲਈ ਖੇਡਦਾ ਹੈ। ਨੌਜਵਾਨ ਇਸ ਸਮੇਂ ਕਬੱਡੀ ਪਾ ਰਿਹਾ ਹੈ, ਉਧਰ ਚਾਰ ਜਾਫੀ ਹੈ। ਨੌਜਵਾਨ ਗੱਭਰੂ ਇਸ ਸਮੇਂ ਕੀ ਖੜੇ ਮਾਰਨ ਥਾਪੀਆਂ ਵੀ, ਤੋਚੀ ਲੱਖਾਂ ਜਵਾਰਾਂ ਲਾਲੀ
ਲੋਕੀ ਗੱਲਾਂ ਕਰਨ ਖੜੇ ਭੀਮਾ ਮੰਦਰ ਮੁੜ ਨਾ ਖਾਲੀ ਇੱਕ ਬਾਗਾ ਮਲਕਿਆਂ ਦਾ ਜੱਫੇ ਲਾਉਂਦਾ ਗਰਮੀ ਖਾ ਕੇ ਸਿੰਘ ਫਸ ਕੇ ਗੁੱਡੀਆਂ ਦੇ ਮਿੱਤਰਾ ਪਹਿਲਾ ਗੁੱਡੀ ਲਾ ਕੇ ਵਾਕਿਆ ਗੁੱਡੀਆਂ ਦੇ ਸਿੰਘ ਫਸੇ ਹੈ ਹਾਂ ਸੋਰੀ ਵੀਰ ਜੀ ਸੋਰੀ ਔਰ ਬੇਨਤੀ ਵੀ ਜਿਹੜੇ ਆਪਾਂ ਖਿਡਾਰੀ ਸਨਮਾਨਿਤ ਕਰਨੇ ਮੈਂ ਉਹਨਾਂ ਨੂੰ ਕਾਲ ਕਰਨ ਲੱਗਾ ਹੈ ਜਿਹਨਾਂ ਵਿੱਚ ਬਿੱਟੂ ਚੜੈਕਾ ਰਾਜੂ ਚੰਦਬਾਜਾ ਬਗੀਚਾ ਹਿੰਦਗੜਾ ਅਮਰੂ ਜਨੇਤਪੁਰੀਆ ਸੁੱਖ ਅਰਦਾਸੇ ਵਾਲਾ ਖੇਡ ਰਿਹਾ ਜਿਹਨਾਂ ਦਾ ਬਾਅਦ ਮੇਂ ਸਮਾਂ ਹੋਵੇਗਾ ਮੰਗਲ ਦੌਲੀ ਹਾਂ ਲੱਖਾਂ ਔਰ ਨਾਲ ਹੀ ਸਾਡਾ ਵੀ ਦੌਲੀ ਅਲਕਰਾਂ ਵਾਲਾ ਜਿਹੜਾ ਸਨਮਾਨ ਹੋਵੇਗਾ ਔਰ ਸੋਨਾ ਘੱਲਾਂ ਵਾਲਾ ਲੱਖਾਂ ਘੱਲਾਂ ਵਾਲਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਇਹਨਾਂ ਦਾ ਔਰ ਨਾਲ ਹੀ ਜੀਵਨ ਤੇ ਭੀਮ ਮਾਣੂਕੇ ਔਰ ਬੂਟਾ ਮਾਣੂਕੇ ਨੱਥੋ ਵਾ ਨੱਥੋ ਕਹਿ ਸੋਨੇ ਦਾ ਵਿਸ਼ੇਸ਼ ਸਨਮਾਨ ਹੋਵੇਗਾ ਸਰਬਜੀਤ ਹਾਂ ਹਾਂ ਲਿਖ ਲਿਆ ਜੀ ਸੋਨਾ ਨੱਥੋ ਕੇ ਔਰ ਸਰਬਜੀਤ ਚੂਰ ਚੱਕ ਮਾਨਕ ਚੰਦਨਾਵੇ ਵਾਲਾ ਇਹਦਾ ਵੀ ਗੱਭਰੂ ਵਿਸ਼ੇਸ਼ ਸਨਮਾਨ ਅਮਨ ਬਰਾਨ ਲੰਗਿਆਣਾ ਮਾਲਵਾ ਗਰੁੱਪ ਇਹਨਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ ਔਰ ਪ੍ਰਸਿੱਧ ਕਬੱਡੀ ਕਮੈਂਡਰ ਸੁਖਾ ਕਨਿਆਲ ਜੀ ਇਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਨਿਰਮਲ ਪਲੇਅਰ ਆਪਣੇ ਹੋਰ ਨੋਟ ਕਰ ਲਿਓ ਸ਼ੇਰਾ ਰਾਉਵਾਲ ਨਿਰਮਲ ਜੀ ਨਿਰਮਲ ਲੰਗਿਆਣਾ ਸ਼ੇਰਾ ਰਾਉਵਾਲ ਨਿੱਕਾ ਲੰਡੇ ਕੇ ਇਹ ਵੀ ਮੇਰੇ ਵੀਰ ਉਚਾਰਨਾ ਧੱਲੇ ਕੇ ਲਓ ਇਸੇ ਨਾਲ ਹੀ ਮੈਚ ਜਿਹੜਾ ਜੀਵਨ ਕਮੈਂਟਰ ਜੀਵਨ ਧੱਲੇ ਕੇ ਕਬੱਡੀ ਕਮੈਂਟਰ ਉਹਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਬਹੁਤ ਧੰਨਵਾਦ ਆ ਜਾਓ ਜੀ ਤੁਸੀਂ ਸਾਰੇ ਆ ਜਾਓ ਹੁਣ ਕਰਾਂ ਇੱਕ ਮਿੰਟ ਥੱਲੇ ਹੀ ਕਰ ਦੋ ਸਮਾਨ ਵੀ ਪੰਜ ਚਾਰ ਬੰਦੇ ਆਪਣੇ ਜਾਓ ਦਰਸ਼ਕ ਵੀਰੋ ਜਿਹੜਾ ਮੈਚ ਹੋ ਕੇ ਹਟਿਆ ਨੱਥੋ ਕਹਿੰਦੇ ਪੁਆਇੰਟ ਨੇ 9 ਨੱਥੋ ਕੇ 9 ਤੇ ਘਾਲਕਰਾ 10.5 ਪੁਆਇੰਟ ਹੈ ਇਸ ਮੁਕਾਬਲੇ ਵਿੱਚੋਂ ਘਾਲਕਰਾ ਦੀ ਟੀਮ ਜਿਹੜੀ ਜੇਤੂ ਰਹੀ ਹੈ ਮੂਵ ਸਪਰੇ ਕਿਰਪਾ ਕਰਕੇ ਖੇਡ ਮੈਦਾਨ ਦੇ ਵਿੱਚ ਪੁੱਜਦੀ ਕਰ ਦਿਓ ਮੂਵ ਸਪਰੇ ਮੇਰੀ ਬੇਨਤੀ ਜਿਹੜੇ ਵੀਰਾਂ ਕੋਲੇ ਮੂਵ ਸਪਰੇ ਹੈ ਨਾਲ ਹੀ ਮੈਚ ਇਸ ਸਮੇਂ ਇੱਥੇ ਹੀ ਲੈ ਜਾਓ ਜੀ ਬਾਹਰ ਰੱਖੋ ਖਿਡਾਰੀ ਵੀਰਾਂ ਨੂੰ ਸੋਨੇ ਸਨਮਾਨ ਲੈ ਕੇ ਜਾਣਾ ਜੀ ਨਾਲ ਦੇ ਨਾਲ ਤੁਸੀਂ ਹਾਂ ਮੈਂ ਪਹਿਲਾਂ ਹੀ ਬੋਲ ਕੇ ਸਾਰੇ ਇੱਥੇ ਖੜ੍ਹ ਜਾਓ ਪੰਜ ਬੰਦੇ ਆਪਣੇ ਖਿਡਾਰੀਆਂ ਦਾ ਮੈਂ ਬੋਲੀ ਜਾਂਦਾ ਨਾਲ ਦੀ ਨਾਲ ਪਹਿਲਾਂ ਮਾਨਕ ਦਾ ਕਰ ਦਿਓ ਸਨਮਾਨ ਜੀ ਤੇਰਾ ਖਿਡਾਰੀ ਚੰਦਾ ਵਾਲਾ ਔਰ ਨਾਲ ਹੀ ਮੇਰੀ ਬੇਨਤੀ ਬਿੱਟੂ ਚੜੈਕਾ ਕਿੱਥੇ ਆ ਬਿੱਟੂ ਚੜੈਕਾ ਕਬੱਡੀ ਖਿਡਾਰੀ ਹੈ ਆ ਸੁੱਖਾ ਜੀ ਅਮਨ ਜੀ ਤੁਸੀਂ ਹੋ ਜੀ ਮਾਨਕਾ ਨਿੰਮਾ ਭੋਡੀਪੁਰਾ ਗਰਾਊਂਡ ਵਿੱਚ ਆਵੇ ਜੀ ਰਾਜੂ ਚ ਆ ਜਾਓ ਵੀਰ ਰਾਜੂ ਸਨਮਾਨ ਚੰਨ ਲੈ ਕੇ ਜਾਓ ਰਾਜੂ ਚੰਦਬਾਜ ਵਾਲਾ ਐਟਰਸ਼ ਕਬੱਡੀ ਖਿਡਾਰੀ ਬਾਬਾ ਫਰੀਦ ਅਕੈਡਮੀ ਹਾਂਜੀ ਮਾਨਕ ਦਾ ਵਿਸ਼ੇਸ਼ ਸਨਮਾਨ ਬਿੱਟੂ ਚੜੈਕ ਜੀ ਮੰਗਲ ਕਾਲਾ